ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ। ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ। ਆ ਜਾਓ ਫਿਰ, ਕਿਉਂਕਿ ਫਾਸਟ ਲਾਈਵ ਆ ਜਾਓ ਫਿਰ ਬੱਚੇ, ਆਪਾਂ ਆਪਣੀ ਕਲਾਸ ਨੂੰ ਕਰਦੇ ਹਾਂ ਸਟਾਰਟ। ਠੀਕ ਹੈ ਰਾਜੇ, ਆ ਜਾਓ ਫਿਰ ਆਪਣੇ ਸੈਸ਼ਨ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਦਿਓ ਬੱਚੇ, ਫਿਰ ਆਪਾਂ ਆਪਣੀ ਕਲਾਸ ਨੂੰ ਕਰਦੇ ਹਾਂ ਸਟਾਰਟ। ਥੋੜ੍ਹਾ ਆਪਾਂ ਦੇਖੀਏ ਕਿਹੜੇ ਕਿਹੜੇ ਬੱਚੇ ਆ ਚੁੱਕੇ ਨੇ। ਡੋਲਰ, ਸਤਿ ਸ਼੍ਰੀ ਅਕਾਲ ਬੱਚੇ। ਹਰਪ੍ਰੀਤ ਕੌਰ, ਸਤਿ ਸ਼੍ਰੀ ਅਕਾਲ ਜੀ। ਜਸ ਸਿੰਘ, ਸਤਿ ਸ਼੍ਰੀ ਅਕਾਲ। ਅਮਨਦੀਪ, ਜਸ਼ਨਦੀਪ, ਸਿਮਰਨ, ਪੂਜਾ, ਗੋਪੀ, ਕੈਲਾਸ਼, ਮੀਨਾ, ਮਨਪ੍ਰੀਤ, ਸ਼ੈਰੀ, ਨਛੱਤਰ ਸਿੰਘ, ਸ਼ਿਲਪਾ, ਅਰਸ਼ਦੀਪ, ਸਤਵਿੰਦਰ, ਸੰਦੀਪ, ਸ਼ਿਵਮ, ਵੰਗੀ। ਠੀਕ ਹੈ ਬੱਚੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਗੁੱਡ ਆਫਟਰਨੂਨ। ਆ ਜਾਓ ਫਿਰ, ਕਿਉਂਕਿ ਫਾਸਟ, ਫਿਰ ਆਪਾਂ ਆਪਣੀ ਕਲਾਸ ਨੂੰ ਕਰਦੇ ਹਾਂ ਸਟਾਰਟ ਬੱਚੇ। ਇੰਪੋਰਟੈਂਟ ਸੈਸ਼ਨ ਹੈਗਾ ਆਪਣਾ, ਠੀਕ ਹੈ, ਜਲਦੀ ਆਓ, ਫਿਰ ਆਪਾਂ ਆਪਣੀ ਕਲਾਸ ਕਰੀਏ ਸਟਾਰਟ। ਕੋਮਲ, ਸੰਤੋਸ਼, ਸ਼ੈਰੀ, ਕੁਲਦੀਪ, ਸੰਤੋਸ਼, ਜੋਨ, ਸੀਨਾ, ਬੋਬੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸ਼ਿਲਪਾ, ਸੰਤੋਸ਼, ਜਸਵੀਰ, ਕਾਜਲ, ਸਿਮਰਨਜੀਤ ਕੌਰ, ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ। ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਰਾਜੇ। ਹੋਰ ਦੱਸੋ, ਠੀਕ ਹੋ ਸਾਰੇ ਨੇ? ਤਿਆਰੀ ਸਭ ਦੀ ਵਧੀਆ ਚੱਲ ਰਹੀ ਹੈ ਬੱਚੇ? ਪਹਿਲਾਂ ਤਾਂ ਮੈਨੂੰ ਇਹ ਦੱਸੋ, ਸ਼ਿਲਪਾ ਓਕੇ ਬੱਚੇ, ਨਿਊ ਸਟੂਡੈਂਟ, ਵੈਲਕਮ ਟੂ ਮਾਈ ਕਲਾਸ। ਸੰਤੋਸ਼ ਕੁਮਾਰ, ਸਤਿ ਸ਼੍ਰੀ ਅਕਾਲ ਜੀ। ਜਸਵੀਰ, ਸਤਿ ਸ਼੍ਰੀ ਅਕਾਲ। ਬਾਗੜੀ, ਹਾਂ, ਅੱਛਾ, ਓਕੇ, ਬਾਗੜੀ, ਹਾਂ। ਜਸਵੀਰ ਸੇਖੋਂ, ਹਾਂਜੀ ਬੱਚੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਾਜਲ, ਓਕੇ ਬੱਚੇ, ਵੈਰੀ ਗੁੱਡ, ਰੈਗੂਲਰ ਹੀ ਰਿਹੋ, ਠੀਕ ਆ, ਹੁਣ ਰੈਗੂਲਰ ਹੀ ਰਿਹੋ। ਸੁਖਵਿੰਦਰ, ਸਤਿ ਸ਼੍ਰੀ ਅਕਾਲ। ਸੰਤੋਸ਼, ਸਿਮਰਨ, ਪ੍ਰੀਤ, ਮਾਡਰਨ, ਰਾਂਝਾ, ਨਾਮ, ਮਤਲਬ ਨਾਮ, ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਵੀ ਨਾਮ ਆਪਣਾ ਨਾ ਸਹੀ ਰੱਖਿਆ ਕਰੋ, ਮਤਲਬ ਆਹ ਕੀ ਹੈਗਾ ਵੀ ਮਾਡਰਨ, ਰਾਂਝਾ, ਇਹ ਨਾਮ ਆ ਕੋਈ, ਮੈਨੂੰ ਦੱਸਿਓ ਤੁਸੀਂ। ਅਰਸ਼ਦੀਪ, ਸਤਿ ਸ਼੍ਰੀ ਅਕਾਲ ਬੱਚੇ। ਸ਼ੈਰੀ, ਆਕਾਸ਼ਦੀਪ, ਜਗਨ, ਅਰਸ਼ਦੀਪ, ਡੀ ਜੀ ਪੀ, ਕਿਆ ਬਾਤ ਆ, ਸਤਿ ਸ਼੍ਰੀ ਅਕਾਲ। ਤਾਂ ਕਾਫੀ ਸਟੂਡੈਂਟਸ ਨਿਊ ਹੈਗੇ ਹਨਾ ਬੱਚੇ? ਕੇਦੀਪ ਬਾਈ ਜਾਣੇ ਬੈਠੇ ਆ, ਲਾਈਕ ਵੀ ਕਰਦੇ ਆ ਕਰੋ। ਓਕੇ ਓਕੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆ ਜਾਓ ਫਿਰ ਆਪਾਂ ਆਪਣੀ ਕਲਾਸ ਨੂੰ ਕਰਦੇ ਹਾਂ ਸਟਾਰਟ। ਸ਼ਿਫ ਸਿਫਤ ਬੋਲੋ, ਸਤਿ ਸ਼੍ਰੀ ਅਕਾਲ ਬੱਚੇ। ਅਰਸ਼ਦੀਪ, ਰਜਿੰਦਰ, ਗੁਰੀ, ਸੋਨੀਆ, ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ। ਦੇਖੋ, ਹੁਣ ਮੈਂ ਥੋੜ੍ਹੀ ਦੇਰ ਮੈਂ ਕਿਹਾ ਸੀ ਆਪਾਂ ਟੈਸਟ ਸੀਰੀਜ਼ ਥੋੜ੍ਹੀ ਸਟਾਰਟ ਕਰਦੇ ਹੈਗੇ ਹਾਂ, ਠੀਕ ਆ ਬੱਚੇ, ਕੋਜ ਐਗਜ਼ਾਮ ਆਪਣਾ ਥੋੜ੍ਹਾ ਜਿਹਾ ਹੋ ਰਿਹਾ ਚੁੱਕਿਆ, ਅਤੇ ਮੈਮ ਰਿਕੁਐਸਟ ਹੈ PDF ਦੇ ਦਿਓ ਜੀ, ਤੁਸੀਂ ਬਹੁਤ ਵਧੀਆ ਕਰਵਾਉਂਦੇ ਹੋ, ਥੈਂਕ ਯੂ ਬੱਚੇ, ਐਪਰੀਸ਼ੀਏਸ਼ਨ ਦੇ ਲਈ ਸਭ ਤੋਂ ਪਹਿਲਾਂ ਤਾਂ, ਠੀਕ ਆ, ਬਟ ਮੈਂ ਦਿੰਦੀ ਹੁੰਦੀ ਸੀਗੀ PDFs, ਬਟ ਮੈਂ ਬਿਲਕੁਲ ਨਹੀਂ ਸੁਣ ਸਕਦੀ, ਆ ਮੇਰੇ ਵੱਲ ਕੋਈ ਉਂਗਲ ਕਰੇ ਹੈ ਨਾ, ਮੈਂ ਬਿਲਕੁਲ ਨਹੀਂ ਸੁਣ ਸਕਦੀ, ਇਟਸ ਟਰੂ ਹੈ ਨਾ, ਬਿਕੋਜ਼ ਨਾ ਮੇਰੀ, ਮੇਰਾ ਇੱਕ ਅਸੂਲ ਹੈਗਾ ਵੀ ਨਾ ਮੈਂ ਕਿਸੇ ਨੂੰ ਮਾੜਾ ਚੰਗਾ ਬੋਲਦੀ ਹਾਂ, ਫਿਰ ਨਾ ਮੈਂ ਆਪਣੇ ਬਾਰੇ ਸੁਣਦੀ ਹਾਂ, ਤਾਂ ਸੋ ਠੀਕ ਆ, ਫਿਰ ਹੁਣ ਆਪਣੀ ਮਿਹਨਤ ਕਰੋ ਖੁਦ, ਠੀਕ ਆ। ਇਹ ਜਿਹੜੀ ਬੋਲਬਾਣੀ ਹੈਗੀ ਆ ਨਾ, ਇਹ ਇਸੇ ਕਰਕੇ ਹੀ ਚੀਜ਼ ਖਰਾਬ ਹੋਈ ਹੈ, ਨਹੀਂ ਮੈਂ ਤਾਂ ਸਭ ਕੁਛ ਦੇ ਰਹੀ ਸੀ, ਮੈਂ ਤਾਂ ਫ੍ਰੀ ਦੇ ਰਹੀ ਸੀ, ਈਵਨ ਕਿ ਮੈਂ ਆਪਣੇ ਨੋਟਸ ਵੀ ਤੁਹਾਨੂੰ ਸ਼ੇਅਰ ਕਰ ਰਹੀ ਸੀਗੀ ਫ੍ਰੀ ਸਭ ਕੁਛ, ਬਟ ਹੁਣ ਬਿਲਕੁਲ ਵੀ ਨਹੀਂ, ਚਾਹੇ ਤੁਹਾਨੂੰ ਗੁੱਸਾ ਹੀ ਲੱਗੇ, ਮੈਂ ਤਾਂ ਇੱਕ ਅਸੂਲ ਆ ਵੀ ਕਲਾਸ ਦੇਖਣੀ ਆ ਮੇਰੀ, ਦੇਖ ਲਓ, ਨਹੀਂ ਦੇਖਣੀ ਤਾਂ ਵੀ ਕੋਈ ਚੱਕਰ ਨਹੀਂ ਮੈਨੂੰ, ਹੈ ਨਾ, ਬਟ ਅਗਰ ਨੋਟਸ ਮੇਰੀਆਂ ਸਪੈਸ਼ਲ PDFs ਚਾਹੀਦੀਆਂ ਨੇ, ਤਾਂ ਮੇਰਾ 249 ਵਾਲਾ ਬੱਚੇ ਬੈਚ ਹੈਗਾ, ਮੈਂ ਸਿਰਫ ਉੱਥੇ ਪ੍ਰੋਵਾਈਡ ਕਰਵਾਉਣੀ, ਈਵਨ ਕਿ ਮੈਂ ਵਿਰਾਜ ਬੈਚ ਦੇ ਵਿੱਚ ਵੀ ਆਪਦੀਆਂ PDFs ਨਹੀਂ ਦੇ ਰਹੀ, ਠੀਕ ਆ, ਕੋਜ਼ ਮਿਹਨਤ ਮੇਰੀ ਹੈਗੀ ਆ, ਅਗਰ ਮਿਹਨਤ ਮੇਰੀ ਹੈ ਤਾਂ ਫਿਰ ਮੈਂ ਆਪਣੇ ਕੋਲ ਹੀ ਰੱਖੂੰਗੀ, ਠੀਕ ਆ। ਹੁਣ ਤਾਂ ਮੈਂ ਨਾਲੇ, ਮਤਲਬ ਕਿ ਮੈਂ ਤੁਹਾਨੂੰ ਕਿਹਾ ਹੋਇਆ ਸੀ ਕਿ ਮੈਂ ਤਾਂ ਪੇਡ, ਮੈਂ ਤਾਂ ਕੁਛ ਵੀ ਨਹੀਂ ਕੀਤਾ ਹੋਇਆ ਸੀ ਆਪਣੀ ਪੇਡ, ਮੈਂ ਜੋ ਮੇਰੀ ਚੀਜ਼ਾਂ ਸੀ ਨਾ, ਮੈਂ ਕੁਛ ਵੀ ਪੇਡ ਕੀਤਾ ਹੀ ਨਹੀਂ ਸੀਗਾ ਬੱਚੇ, ਮੈਂ ਸਭ ਕੁਛ ਫ੍ਰੀ ਦੇ ਰਹੀ ਸੀ, ਬਟ ਹੁਣ ਮੇਰਾ ਦਿਲ ਨਹੀਂ ਕਰਦਾ ਬਿਲਕੁਲ, ਸੀਰੀਅਸਲੀ,
ਠੀਕ ਆ, ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਦੇਵਾਂ, ਐਂਡ ਮੈਂ ਦੇਵਾਂਗੀ ਵੀ ਨਹੀਂ, ਠੀਕ ਆ, ਮੈਂ ਬਿਲਕੁਲ ਨਹੀਂ ਦੇਵਾਂਗੀ। ਇਹ ਤਾਂ ਜਸਟ ਅੱਜ ਮੈਂ PDF ਲੈ ਆਈ, ਅਦਰਵਾਈਜ਼ ਮੈਂ ਬਹੁਤ ਸੋਹਣੀਆਂ PPTs ਬਣਾ ਰਹੀ ਹਾਂ, ਤੁਸੀਂ ਇਨ ਫਿਊਚਰ ਦੇਖੋਗੇ, ਵਧੀਆ ਲੈਵਲ ਦੇ ਕੁਐਸਚਨਸ ਮੈਂ ਖੁਦ ਰੈਡੀ ਕਰ ਰਹੀ ਹਾਂ, ਬਟ ਹੁਣ ਬਿਲਕੁਲ ਨਹੀਂ। ਜਿਹਨੂੰ ਮੇਰੀਆਂ PDFs ਚਾਹੀਦੀਆਂ ਨੇ, ਠੀਕ ਆ, ਮੇਰਾ 249 ਵਾਲਾ ਬੈਚ ਹੈਗਾ ਪ੍ਰੋਪਰ, ਉੱਥੇ ਤੁਹਾਨੂੰ ਥਿਊਰੀ ਵੀ ਹੈ ਐਂਡ PDF ਸਭ ਕੁਛ ਮਿਲੇਗਾ ਬੱਚੇ, ਠੀਕ ਆ। ਤਾਂ ਫਿਰ ਸੈਸ਼ਨ ਨੂੰ ਲਾਈਕ ਸ਼ੇਅਰ ਕਰ ਦਿਓ, ਠੀਕ ਆ ਰਾਜੇ। ਬਿਲਕੁਲ, ਮੈਂ ਸਭ ਨੂੰ ਕਿਹਾ ਹੋਇਆ ਵੀ ਮੇਰੀਆਂ PDFs 5 ਵਜੇ ਵਾਲੀਆਂ PDFs ਵੀ ਮੈਂ ਉੱਥੇ ਪਾ ਰਹੀ ਹਾਂ, 5 ਵਜੇ ਵਾਲੀ ਕਲਾਸ ਦੀਆਂ ਵੀ ਬੱਚੇ। ਮੈਂ 10 ਵਜੇ ਵੀ YouTube ਤੇ ਕਲਾਸ ਆਪਣੀ ਸਟਾਰਟ ਕਰਨ ਵਾਲੀ ਹਾਂ, ਹੋ ਸਕਦਾ ਮੈਂ ਮੰਡੇ ਤੋਂ ਕਰਾਂ, ਥੋੜ੍ਹਾ ਜਿਹਾ ਮਤਲਬ ਥੋੜ੍ਹੀ ਮੈਂ ਸੈਟਿੰਗ ਕਰ ਰਹੀ ਹਾਂ ਆਪਣੀ ਹਰ ਇੱਕ ਚੀਜ਼ ਦੀ, ਉਸ ਤੋਂ ਬਾਅਦ, ਠੀਕ ਆ ਬੱਚੇ, ਕਲੀਅਰ ਸਾਰਿਆਂ ਨੂੰ? ਚਲੋ ਫਿਰ ਆ ਜਾਓ ਵਿਦਆਊਟ ਵੇਸਟਿੰਗ ਟਾਈਮ, ਆਪਾਂ ਆਪਣੀ ਕਲਾਸ ਨੂੰ ਕਰੀਏ ਸਟਾਰਟ ਬੱਚੇ। ਤਾਂ ਫਸਟ ਕੁਐਸਚਨ ਦਾ ਆਨਸਰ ਕਰੋ, ਪਹਿਲਾਂ ਹਰ ਇੱਕ ਬੱਚੇ ਦਾ ਫਸਟ ਕੁਐਸਚਨ ਦਾ ਆਨਸਰ ਕੀ ਆਉਣਾ ਚਾਹੀਦਾ ਹੈ ਰਾਜੇ? ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ ਸੀ? ਸੋ ਈਜ਼ੀ ਕੁਐਸਚਨ ਆ ਬੱਚੇ, ਆਨਸਰ ਕਰੋ ਆਪਣੇ ਫਸਟ ਕੁਐਸਚਨ ਦਾ। ਜਸਟ PDF ਆ, ਬਟ ਮੈਂ ਤਾਂ PPT ਨੂੰ ਵਧੀਆ ਲੱਗਦੀ ਆ, ਬਿਕੋਜ਼ ਮੈਂ ਕਰਵਾਉਂਗੀ ਥਿਊਰੀ ਪਲੱਸ MCQ, ਦੋਨੋਂ ਹੀ ਚੱਲਣਗੇ ਬੱਚੇ, ਠੀਕ ਆ, ਥਿਊਰੀ ਪਲੱਸ MCQ ਆਪਣੇ ਦੋਨੋਂ ਹੀ ਚੱਲਣਗੇ। ਤਾਂ ਆਨਸਰ ਕਰੋ ਬੱਚੇ ਆਪਣੇ ਫਸਟ ਕੁਐਸਚਨ, ਬਿਲਕੁਲ ਸਭ ਦਾ ਸਹੀ ਹੈ ਨਾ, 7 ਸਾਲ ਦੀ ਉਮਰ ਦੇ ਵਿੱਚ ਬੱਚੇ ਭੇਜਿਆ ਗਿਆ ਸੀਗਾ। ਸੈਕੰਡ ਕੁਐਸਚਨ ਦੇਖੋ ਰਾਜੇ, ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਬਦ ਸੂਰਤ ਦਾ ਸਮਾਨਾਰਥੀ ਨਹੀਂ ਹੈ ਰਾਜੇ? ਤਾਂ ਦੱਸੋ ਆਪਣਾ ਬਦਸੂਰਤ ਦਾ ਸਮਾਨਾਰਥੀ ਕਿਹੜਾ ਨਹੀਂ ਹੈ ਬੱਚੇ, ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਠੀਕ ਆ। ਆਪਣਾ ਬਦ ਸ਼ਕਲ ਹੋ ਗਿਆ, ਕਰੂਪ ਹੋ ਗਿਆ ਬੱਚੇ, ਅਰੂਪ ਹੋ ਗਿਆ ਜਾਂ ਫਿਰ ਕੋਜਾ, ਦੱਸੋ ਕਿਹੜਾ ਸ਼ਬਦ ਸਮਾਨਾਰਥ ਨਹੀਂ ਹੈ, ਸਮਾਨਾਰਥ ਨਹੀਂ ਪੁੱਛਿਆ ਹੈਗਾ ਬੱਚੇ। ਹਰ ਇੱਕ ਬੱਚੇ ਦਾ ਆਨਸਰ ਆਉਣਾ ਚਾਹੀਦਾ, ਥੋੜ੍ਹਾ ਜਿਹਾ ਫਾਸਟ ਆਨਸਰ ਕਰਿਓ, ਠੀਕ ਆ, ਬਿਕੋਜ਼ 50 ਕੁਐਸਚਨਸ ਹੈਗੇ ਨੇ, 50 ਕੁਐਸਚਨਸ ਹੈਗੇ ਨੇ ਆਪਣੇ, ਸੋ ਆਨਸਰ ਕਰੋ। ਦੇਖੋ ਰਾਜੇ, ਬਦਸੂਰ ਬਦ ਸ਼ਕਲ ਵੀ ਬਿਲਕੁਲ ਇਹਦਾ ਸਮਾਨਾਰਥ ਕੀ ਹੈਗਾ, ਕਰੂਪ ਵੀ ਹੈਗਾ ਬੱਚੇ, ਕੋਜਾ ਵੀ ਹੈਗਾ, ਬਟ ਅਰੂਪ ਨਹੀਂ ਹੈ। ਸੋ ਆਨਸਰ ਕੀ ਆਏਗਾ ਬੱਚੇ ਆਪਣਾ? ਬੀ ਆਪਸ਼ਨ ਆਏਗਾ, ਠੀਕ ਆ। ਨੈਕਸਟ ਦੱਸੋ ਬੱਚੇ ਆਪਣੀ ਛਿੰਝ ਪਾਉਣੀ, ਛਿੰਝ ਪਾਉਣੀ ਮੁਹਾਵਰੇ ਦਾ ਅਰਥ ਦੱਸੋ ਬੱਚੇ ਕੀ ਆ? ਛਿੰਝ ਪਾਉਣੀ ਦਾ ਮਤਲਬ ਕੀ ਹੁੰਦਾ ਹੈਗਾ? ਕੁਸ਼ਤੀ ਕਰਨੀ, ਆਪਣਾ ਝਗੜਾ ਕਰਨਾ ਬੱਚੇ, ਮੌਜ ਕਰਨੀ ਜਾਂ ਫਿਰ ਆਪਣੀ ਚਰਚਾ ਕਰਨੀ। ਨੈਕਸਟ ਕੁਐਸਚਨ ਆਨਸਰ ਕਰੋ, ਥੋੜਾ ਫਾਸਟ ਕਰਾਂਗੇ ਆਪਾਂ, ਠੀਕ ਆ, ਕਰਕੇ ਦੱਸੋ ਆਪਣਾ ਕੀ ਹੈਗਾ ਆਨਸਰ, ਛਿੰਝ ਪਾਉਣੀ ਦਾ ਮਤਲਬ ਕੀ ਹੈ ਰਾਜੇ, ਆਨਸਰ ਕਰੋ। ਜਿੰਨੇ ਬੱਚਿਆਂ ਨੇ ਲੇਟ ਜੁਆਇਨ ਕੀਤਾ, ਸਾਰਿਆਂ ਨੂੰ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਬੱਚੇ, ਸੈਸ਼ਨ ਨੂੰ ਲਾਈਕ ਸ਼ੇਅਰ ਕਰ ਦਿਓ, ਠੀਕ ਆ, ਕਰਕੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਛਿੰਝ ਪਾਉਣੀ ਦਾ ਮਤਲਬ ਕੀ ਹੈ ਰਾਜੇ। ਵੈਸੇ ਛਿੰਝ ਪਾਉਣੀ, ਇਹਨਾਂ ਦੋਨਾਂ ਚ ਕਨਫਿਊਜ਼ਨ ਆ ਨਾ, ਝਗੜਾ ਕਰਨਾ ਐਂਡ ਕੁਸ਼ਤੀ ਲੜਨੀ, ਹੁਣ ਤੁਸੀਂ ਦੱਸੋ ਕੀ ਹੈਗਾ? ਮੇਰੇ ਅਕੋਰਡਿੰਗ ਕੀ ਆਏਗਾ ਆਪਣਾ? ਕੁਸ਼ਤੀ ਲੜਨੀ ਆਏਗਾ ਨਾ, ਠੀਕ ਆ। ਨੈਕਸਟ ਦੱਸੋ ਰਾਜੇ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਹੁਣ ਦੱਸੋ ਰਾਜੇ ਇਸ ਦਾ ਮਤਲਬ ਕੀ ਹੈਗਾ, ਕੁਐਸਚਨ ਨੰਬਰ 4, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਬੱਚੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਛਿੰਝ ਪਾਉਣੀ ਵੈਸੇ ਮੇਰੇ ਅਕੋਰਡਿੰਗ ਲੜਾਈ ਕਰਨਾ ਹੀ ਹੁੰਦਾ ਹੈਗਾ, ਬਟ ਮੇ ਵੀ ਸ਼ਾਇਦ ਕੁਸ਼ਤੀ ਕਰਨੀ ਵੀ ਕਹੀ ਨੇ, ਬਟ ਮੇਰੇ ਅਕੋਰਡਿੰਗ ਲੜਾਈ ਕਰਨਾ ਹੀ ਹੋਏਗਾ। ਚਲੋ ਆਨਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ। ਇੱਕ ਚੀਜ਼ ਹੋਰ ਬੱਚੇ, 5 ਵਜੇ ਨਾ ਮਿਕਸ ਕੁਐਸਚਨ ਚੱਲ ਰਹੇ ਹੈਗੇ ਨੇ, ਤੇ ਹਰ ਇੱਕ ਬੱਚੇ ਨੇ ਆਉਣਾ ਹੈਗਾ ਉੱਥੇ ਵੀ 5 ਵਜੇ ਵਾਲੀ ਕਲਾਸ ਦੇ ਵਿੱਚ ਬੱਚੇ, ਮੇਰੀ ਥਿਊਰੀ ਪਲੱਸ MCQ ਦੋਨੋਂ ਚੀਜ਼ਾਂ ਮੈਂ ਕਰਵਾ ਰਹੀ ਹਾਂ, ਤੇ ਕੁਐਸਚਨ ਵਧੀਆ ਲੈਵਲ ਦੇ ਹੈਗੇ ਰਾਜੇ, ਠੀਕ ਆ। ਆਨਸਰ ਕਰੋ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਬੱਚੇ, ਇਹ ਤਾਂ ਸੌਖਾ ਹੀ ਆ ਨਾ ਵੀ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ,
ਦੇਖੋ ਚਤੁਰਾਈ ਤਾਂ ਆਏਗਾ ਨਹੀਂ, ਕੌਸ ਕਮਲੀ ਆ ਗਿਆ, ਠੀਕ ਆ, ਸਿਆਣਪ ਵੀ ਨਹੀਂ ਆਏਗਾ ਬੱਚੇ, ਮਤਲਬ ਅਗਨ ਐਂਡ ਮੂਰਖਤਾ ਚੋਂ ਆ ਸਕਦਾ। ਇਟ ਮੀਨਸ ਆਪਸ਼ਨ ਨੰਬਰ ਆਪਣਾ ਬੀ ਆਏਗਾ ਆਨਸਰ, ਵੀ ਜਦੋਂ ਕਿਸੇ ਦੀ ਮੂਰਖਤਾ ਨੂੰ ਹਨਾ ਵਧੇਰੇ ਕਰਕੇ ਦੱਸਣਾ ਹੋਵੇ ਤਾਂ ਆਪਾਂ ਦੋ ਖਾਣ ਵਰਤਦੇ ਆ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ। ਹੇਠ ਲਿਖੇ ਇਹਨਾਂ ਵਿੱਚੋਂ ਕਿਹੜਾ ਰੂਪ ਪ੍ਰੇਰਨਾਰਥਿਕ ਕਿਰਿਆ ਨੂੰ ਦਰਸਾਉਂਦਾ ਹੈ ਬੱਚੇ, ਦੱਸੋ ਕਿਹੜਾ, ਆਪਣਾ ਪਿਜਾਉਣਾ ਹੋ ਗਿਆ, ਪਿਜਵਾਣਾ, ਪਿੰਜਵਣਾ ਹੋ ਗਿਆ, ਪਿਜਾਉਣਾ ਹੋ ਗਿਆ, ਪਿੰਜਵਾਉਣਾ ਹੋ ਗਿਆ, ਜਾਂ ਬੱਚੇ ਆਪਣਾ ਪਿੰਜਣਾ ਹੋ ਗਿਆ। ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ। ਮੈਂ ਫਿਰ ਕਹਿ ਰਹੀ ਹਾਂ ਤਾਂ ਕਿ ਠੀਕ ਆ, 5 ਵਜੇ ਹਰ ਇੱਕ ਬੱਚੇ ਨੇ ਆਉਣਾ ਹੈਗਾ ਰਾਜੇ ਆਪਣੀ ਕਲਾਸ ਦੇ ਵਿੱਚ, ਇੰਪੋਰਟੈਂਟ ਸੈਸ਼ਨ ਹੁੰਦਾ, 5 ਵਜੇ ਵੀ ਆਪਣੇ MCQ ਹੁੰਦੇ ਆ। ਆਨਸਰ ਕਰੋ ਬੱਚੇ ਇਸ ਕੁਐਸਚਨ ਦਾ। ਜਿਸ ਬੱਚੇ ਨੂੰ PDF ਚਾਹੀਦੀਆਂ ਨੇ, ਮੇਰੇ ਸਿਰਫ ਵਿਰਾਸ ਬੈਚ ਵੀ ਮੈਂ ਨਹੀਂ ਦੇ ਰਹੀ, ਇਹ ਬਿਲਕੁਲ ਸੱਚ ਆ, ਸਿਰਫ ਮੇਰੇ 249 ਵਾਲੇ ਬੈਚ, ਮੇਰੀ ਹਰ ਇੱਕ PDF ਬੱਚੇ ਤੁਹਾਨੂੰ ਮਿਲੇਗੀ, ਠੀਕ ਆ। ਆਨਸਰ ਕਰੋ ਆਪਣਾ ਕੀ ਆਏਗਾ ਰਾਜੇ, ਪਿੰਜਵਾਉਣਾ ਨਹੀਂ ਹੈਗਾ ਰਾਜੇ, ਪਿੰਜਾਉਣਾ ਹੁੰਦਾ, ਪਰ ਰੂਹ ਹਮੇਸ਼ਾ ਪਿੰਜਵਾਉਣਾ ਨਹੀਂ ਹੁੰਦਾ, ਪਿਜਾਉਣਾ ਹੁੰਦਾ ਰਾਜੇ, ਰੂਹ ਆਪਾਂ ਪਿਜਾਉਣ ਜਾਂਦੇ ਹਾਂ, ਪਿਜਵਾਉਣ ਨਹੀਂ ਜਾਂਦੇ ਹੈਗੇ। ਤਾਂ ਆਪਣਾ ਕੀ ਆਏਗਾ, 5th ਆਨਸਰ ਸੀ ਆਏਗਾ ਬੱਚੇ। ਅੱਜ ਉਹਨੇ 4 ਘੰਟੇ ਗਾਉਣ ਦਾ ਰਿਆਜ਼ ਕੀਤਾ ਹਨਾ, ਇੱਕ ਮਿੰਟ ਸਿੰਪਲ ਸਿੰਪਲ ਦੇਖੋ, ਅੱਜ ਉਸਨੇ 4 ਘੰਟੇ ਗਾਉਣ ਦਾ ਰਿਆਜ਼ ਕੀਤਾ ਹਨਾ ਬੱਚੇ, ਅੱਜ ਅਤੇ 4 ਘੰਟੇ ਮੈਨੂੰ ਦੱਸੋ ਵੀ ਕਿਸਦਾ ਰੂਪ ਹੈਗਾ, ਆਪਣਾ ਕਾਲਵਾਚਕ ਹੈਗਾ ਬੱਚੇ, ਕਾਲਵਾਚਕ ਮਾਤਰਾਵਾਚਕ, ਕਾਲਵਾਚਕ ਵਿਧਵਾਵਾਚਕ, ਜਾਂ ਫਿਰ ਆਪਣਾ ਕਾਲਵਾਚਕ ਤੇ ਸੰਖਿਆਵਾਚਕ। ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ। ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ, ਆਨਸਰ ਕਰੋ ਵੀ ਅੱਜ, ਠੀਕ ਆ। ਦੇਖੋ ਅੱਜ ਦਾ ਕੀ ਹੋ ਗਿਆ, ਮੀਨਸ ਆਪਣਾ ਕਾਲਵਾਚਕ ਹਨਾ, ਆਪਣਾ ਹੁੰਦਾ ਟਾਈਮ ਪੀਰੀਅਡ ਚੱਲ ਰਿਹਾ ਹੈਗਾ ਬੱਚੇ, ਦੇਖੋ ਕਾਲਵਾਚਕ ਸਾਰਿਆਂ ਦੇ ਵਿੱਚ ਕਾਲਵਾਚਕ ਹੀ ਹੈਗਾ, ਬਟ 4 ਘੰਟੇ ਕਿਸ ਚੀਜ਼ ਨੂੰ ਰੀਪ੍ਰੈਜ਼ੈਂਟ ਕਰ ਰਿਹਾ ਹੈਗਾ ਬੱਚੇ, 4 ਨੰਬਰ ਆ ਮੀਨਸ ਸੰਖਿਆ ਨੂੰ ਰੀਪ੍ਰੈਜ਼ੈਂਟ ਕਰ ਰਿਹਾ, ਇਟ ਮੀਨਸ ਆਪਣਾ ਕੀ ਆਏਗਾ, ਸੰਖਿਆਵਾਚਕ ਆਏਗਾ, ਆਪਸ਼ਨ ਨੰਬਰ ਬੀ ਆਏਗਾ ਰਾਜੇ। ਨੈਕਸਟ ਦੱਸੋ ਰਾਜੇ, ਹੇਠ ਲਿਖੇ ਦੇ ਵਿੱਚੋਂ ਕਿਹੜੇ ਸ਼ਬਦਾਂ ਵਿੱਚ ਸਾਰ ਪਛੇਤਰ ਦੇ ਰੂਪ ਵਿੱਚ ਨਹੀਂ ਆਉਂਦਾ ਹੈ, ਦੱਸੋ ਰਾਜੇ। ਦੇਖੋ ਅਗੇਤਰ ਤੇ ਪਛੇਤਰ ਬੱਚੇ, ਆਪਾਂ ਨੇ ਉਹ ਵਰਡ ਯੂਜ਼ ਕਰਨਾ ਹੁੰਦਾ ਹੈਗਾ ਵੀ ਜਿਨ੍ਹਾਂ ਦੇ ਅੱਗੋਂ ਜਾਂ ਪਿੱਛੋਂ ਜਦੋਂ ਆਪਾਂ ਉਹ ਚੀਜ਼ ਹਟਾ ਦਿੰਦੇ ਹਾਂ ਉਸਦਾ ਕੋਈ ਨਾ ਕੋਈ ਮਤਲਬ ਹੋਣਾ ਚਾਹੀਦਾ ਹੈ, ਠੀਕ ਹੈ ਰਾਜੇ। ਤਾਂ ਦੱਸੋ ਪਛੇਤਰ ਕਿਹੜਾ ਹੈਗਾ ਆਪਣਾ, ਨਹੀਂ ਆਉਂਦਾ, ਸੋਰੀ, ਅਨੁਸਾਰ ਹੋ ਗਿਆ, ਸ਼ਰਮਸਾਰ ਹੋ ਗਿਆ, ਮਿਲਣਸਾਰ ਹੋ ਗਿਆ, ਜਾਂ ਫਿਰ ਬੱਚੇ ਆਪਣਾ ਹੰਢਣਸਾਰ ਹੋ ਗਿਆ, ਠੀਕ ਹੈ। ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ। ਮੈਂ ਫਿਰ ਕਹਿ ਰਹੀ ਹਾਂ ਬੱਚੇ, 5 ਵਜੇ ਹਰ ਇੱਕ ਬੱਚੇ ਨੇ ਆਉਣਾ ਹੈਗਾ, ਉੱਥੇ ਮੇਰੇ ਮਿਕਸ ਕੁਐਸਚਨ ਚੱਲ ਰਹੇ ਨੇ, ਪੋਲੀਟੀ, ਹਿਸਟਰੀ ਹੋ ਗਈ, ਜੋਗ੍ਰਫੀ ਹੋ ਗਈ, ਪੰਜਾਬ GK ਹੋ ਗਈ, ਬਹੁਤ ਵਧੀਆ ਤਰੀਕੇ ਨਾਲ ਬੱਚੇ ਆਪਾਂ ਚੀਜ਼ਾਂ ਕਰਾਂਗੇ, ਠੀਕ ਆ। 7 ਦਾ ਦੱਸੋ ਬੱਚੇ, ਦੇਖੋ ਮਿਲਣਸਾਰ ਹੋ ਗਿਆ, ਆਪਾਂ ਸਾਰ ਨੂੰ ਅਗਰ ਆਪਾਂ ਹਟਾ ਰਹੇ ਹਾਂ ਤਾਂ ਮਿਲਣ ਦਾ ਕੋਈ ਨਾ ਕੋਈ ਮਤਲਬ ਬਣ ਰਿਹਾ ਹਨਾ, ਇਹ ਵੀ ਆਪਣਾ ਸਹੀ ਆ। ਹੰਡਲ ਹੋ ਗਿਆ, ਆਪਾਂ ਕਹਿੰਦੇ ਵੀ ਇਹ ਚੀਜ਼ ਜ਼ਿਆਦਾ ਹੰਡ ਰਹੀ ਹੈ, ਇਹ ਵੀ ਬਿਲਕੁਲ ਸਹੀ ਹੈਗੀ ਹੈ ਬੱਚੇ। ਸ਼ਰਮਸਾਰ, ਠੀਕ ਆ, ਸ਼ਰਮ ਬਿਲਕੁਲ ਹੈ, ਬਟ ਅਨੁਸਾਰ, ਅਨੂ ਦਾ ਕੁਛ ਵੀ ਨਹੀਂ ਬਣਦਾ ਹੈਗਾ, ਤਾਂ ਆਪਸ਼ਨ ਨੰਬਰ ਏ ਆਨਸਰ ਆਏਗਾ। ਕਿਸ ਦਾ ਸਹੀ ਬਹੁਵਚਨ ਚੁਣੋ ਬੱਚੇ, ਕਿਸ ਦਾ ਬਹੁਵਚਨ ਕੀ ਹੈ ਰਾਜੇ, ਕਿੰਨਾ ਹੋ ਗਿਆ, ਕਿਹੜੇ ਹੋ ਗਿਆ, ਜਾਂ ਫਿਰ ਬੱਚੇ ਆਪਣਾ ਕਿਹਨੇ ਹੋ ਗਿਆ। ਆਨਸਰ ਕਰੋ ਬਾਕੀ ਆਪਣੇ ਨੈਕਸਟ ਕੁਐਸਚਨ ਦਾ। ਆਨਸਰ ਕਰੋ ਕਿਉਂਕਿ ਫਾਸਟ, ਕਿਸ ਦਾ ਸਹੀ ਬਹੁਵਚਨ ਕੀ ਹੋਏਗਾ ਰਾਜੇ, ਆਪਣਾ ਕਿੰਨਾ ਹੋਏਗਾ ਨਾ, ਕਿਸ ਦਾ ਕੀ ਹੋਏਗਾ ਰਾਜੇ,
ਕਿੰਨਾ ਹੋਏਗਾ, ਤਾਂ ਆਪਸ਼ਨ ਨੰਬਰ ਕੀ ਆਏਗਾ ਰਾਜੇ ਆਪਣਾ, ਕਿੰਨਾ ਹੋਏਗਾ। ਠੀਕ ਆ, ਹੁਣ ਦੱਸੋ ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਨਹੀਂ ਹੋਈ ਆ ਰਾਜੇ, ਦੱਸੋ ਇਹਨਾਂ ਚੋਂ ਕਿਹੜੇ ਵਾਕ ਦੇ ਵਿੱਚੋਂ ਸਹੀ ਵਰਤੋਂ ਆਪਣੀ ਨਹੀਂ ਹੋਈ ਹੈਗੀ ਆ। ਆਂਸਰ ਕਰੋ ਰਾਜੇ ਕਿਉਂਕਿ ਫਾਸਟ, ਆਪਣੇ ਨੈਕਸਟ ਕੁਐਸਚਨ ਦਾ, ਕੁਐਸਚਨ ਨੰਬਰ 9 ਦਾ ਆਂਸਰ ਕਰੋ ਰਾਜੇ ਕੀ ਆਏਗਾ। ਇਸ ਦਾ ਕਿੰਨਾ ਆਏਗਾ ਬੱਚੇ, ਨੈਕਸਟ ਕੁਐਸਚਨ ਕਰੋ, ਨੈਕਸਟ ਕੁਐਸਚਨ ਆਂਸਰ ਕਰੋ, ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨ੍ਹ ਦੇ ਨਿਯਮਾਂ ਦੀ ਸਹੀ ਰੂਪ ਵਿੱਚ ਵਰਤੋਂ ਨਹੀਂ ਆ। ਦੇਖੋ ਫਸਟ ਸਹੀ ਹੈ ਧੀਏ, ਧੀਏ ਤੋਂ ਬਾਅਦ ਆਪਾਂ ਰੁਕ ਰਹੇ ਹਾਂ ਨਾ, ਇਸ ਤਰ੍ਹਾਂ ਰੁੱਖਾ ਨਹੀਂ ਬੋਲੀ ਦਾ ਸਹੀ ਆ। ਅਸੀਂ ਆਪਣੇ ਖੇਤ 'ਚ, ਬਿਲਕੁਲ ਇਹ ਵੀ ਸਹੀ ਹੈਗਾ ਰਾਜੇ ਆਪਣਾ। ਠੀਕ ਆ, ਨਾਨਕ ਸਿੰਘ ਰਚਿਤ ਨਾਵਲ ਚਿੱਟਾ ਲਹੂ ਇਹ ਵੀ ਸਹੀ ਆ, ਬਟ ਸੀ ਆਪਸ਼ਨ ਬੱਚੇ ਗਲਤ ਹੈ ਆਪਣੀ। ਠੀਕ ਆ, ਫਸਟ ਸਟਾਰਟ ਨਹੀਂ ਹੋਣਾ ਸੀਗਾ ਆਪਣਾ, ਮਾਤਾ ਜੀ ਮੈਂ ਪਹਿਲੇ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਆਈ ਆ। ਠੀਕ ਆ, ਤਾਂ ਆਪਸ਼ਨ ਨੰਬਰ 9 ਦਾ ਕੀ ਆਏਗਾ ਬੱਚੇ ਆਪਣਾ, ਸੀ ਆਂਸਰ ਆਏਗਾ, ਸੀ ਆਪਣਾ ਗਲਤ ਹੈ ਰਾਜੇ, ਗਲਤ ਪੁੱਛਿਆ। ਫਸਟ ਸਹੀ ਹੈ ਧੀਏ, ਇਸ ਤਰ੍ਹਾਂ ਰੁੱਖਾ ਨਹੀਂ ਬੋਲੀ ਦਾ ਸਹੀ ਹੈ ਰਾਜੇ ਆਪਣਾ ਫਸਟ। ਨੈਕਸਟ ਦੇਖੋ ਆਪਣਾ, ਨੈਕਸਟ ਰਾਜੇ ਸਹੀ ਵਿਸ਼ਰਾਮ ਚਿੰਨ੍ਹ ਲਗਾਓ, ਕੁਐਸਚਨ ਨੰਬਰ 10 ਤੇ ਆਪਣਾ। ਠੀਕ ਹੈ, ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ, ਆਂਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ। ਨੈਕਸਟ ਕੁਐਸਚਨ ਆਂਸਰ ਕਰੋ ਰਾਜੇ ਕਿਉਂ ਫਾਸਟ ਆਂਸਰ ਕਰੋ। ਆਂਸਰ ਕਰੋ ਜੀ ਆਪਣੇ ਨੈਕਸਟ ਕੁਐਸਚਨ ਦਾ, ਕੁਐਸਚਨ ਨੰਬਰ 10 ਦਾ ਆਂਸਰ ਕੀ ਆਏਗਾ ਬੱਚੇ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਬੀ ਕਿਵੇਂ ਆ ਸਕਦਾ ਜੀ, ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ। ਠੀਕ ਆ, ਮੀਨਸ ਇੱਥੇ ਆਪਣਾ ਕੌਮਾ ਤੇ ਸਟਾਰਟਿੰਗ ਹੋਏਗਾ। ਠੀਕ ਆ ਰਾਜੇ, ਕੌਮਾ ਲੱਗ ਕੇ ਉਸ ਤੋਂ ਬਾਅਦ ਕੀ ਹੈਗਾ, ਆਪਣੇ ਕੌਮੇ ਸਟਾਰਟ ਹੋਣਗੇ। ਫਸਟ ਐਂਡ ਸੈਕੰਡ ਆਪਸ਼ਨ ਦਾ ਬੱਚੇ ਵੈਸੇ ਹੀ ਆਪਣੀ ਘੱਟ ਹੋ ਗਈ, ਬਿਲਕੁਲ ਨਹੀਂ ਆਏਗਾ। ਇੱਥੇ ਰਾਜੇ ਡਬਲ ਡਬਲ ਹੋ ਗਏ ਸਟਾਰਟ, ਇਹ ਵੀ ਨਹੀਂ ਆਏਗਾ। ਤਾਂ ਆਪਸ਼ਨ ਨੰਬਰ 10 ਦਾ ਕੀ ਆਏਗਾ ਰਾਜੇ ਆਪਣਾ, ਡੀ ਆਂਸਰ ਆਏਗਾ। ਕਿਰਨ ਨੇ ਆਪਣੇ ਘਰ ਆਏ ਤੋਂ ਆਪਾਂ ਰੁਕੇ ਬੰਦਿਆਂ ਤੋਂ ਪੁੱਛਿਆ, ਕੌਮਾ ਫਿਰ ਕੌਮੇ ਸਟਾਰਟ ਬੱਚੇ, ਕੁਐਸਚਨ ਮਾਰਕ ਦੈਨ ਕੌਮੇ ਬੰਦ, ਤਾਂ ਆਪਸ਼ਨ ਨੰਬਰ ਡੀ ਆਂਸਰ ਆਏਗਾ ਰਾਜੇ। ਡੋਂਟ ਮੇਕ ਦ ਐਕਸਕਿਊਜ਼ਸ, ਦੱਸੋ ਰਾਜੇ ਵਾਕ ਦਾ ਸਹੀ ਪੰਜਾਬੀ ਰੂਪ ਹੈ, ਦੱਸੋ ਰਾਜੇ ਡੋਂਟ ਮੇਕ ਦ ਐਕਸਕਿਊਜ਼ਸ, ਆਂਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ। ਤਾਂ ਸੋ ਈਜ਼ੀ ਹੈਗਾ ਆਪਣਾ ਨੈਕਸਟ ਕੁਐਸਚਨ, ਬਹਾਨਾ ਨਾ ਬਣਾਓ। ਠੀਕ ਆ, ਬਹਾਨੇ ਨਾ ਬਣਾਓ, ਬਹਾਨੇ ਨਾ ਬਣਾਓ ਜਾਂ ਫਿਰ ਬਹਾਨੇ ਨਾ ਬਣਾ, ਤਾਂ ਆਂਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ ਕੀ ਆਂਸਰ ਆਏਗਾ। 11 ਦਾ ਰਾਜੇ ਆਪਣਾ ਕੀ ਆਏਗਾ, ਬੀ ਆਏਗਾ। ਠੀਕ ਆ, ਬਹਾਨੇ, ਡੋਂਟ ਮੇਕ ਦ ਐਕਸਕਿਊਜ਼ਸ, ਐਕਸਕਿਊਜ਼ਸ ਮੀਨਸ ਬਹਾਨੇ, ਨਾ ਬਣਾਓ, ਬਣਾ ਨਹੀਂ ਆਏਗਾ ਰਾਜੇ, ਬਣਾਓ ਆਏਗਾ, ਆਪਸ਼ਨ ਨੰਬਰ ਬੀ ਆਏਗਾ। ਠੀਕ ਆ, ਲਓ ਰਾਜੇ ਕਰਮ ਅਨੁਸਾਰ ਦੇਸੀ ਮਹੀਨਿਆਂ ਦਾ ਕਿਹੜਾ ਜੁੱਟ ਸਹੀ ਨਹੀਂ ਹੈ, ਆਂਸਰ ਕਰੋ ਰਾਜੇ, ਕੁਐਸਚਨ ਨੰਬਰ 12 ਦਾ ਆਂਸਰ ਕਰੋ ਰਾਜੇ ਆਪਣਾ ਕਿਹੜਾ ਆਏਗਾ, ਕਿਉਂ ਫਾਸਟ ਆਂਸਰ ਕਰੋ ਬੱਚੇ। ਕਿਹੜਾ ਰਾਜੇ, 12 ਦਾ ਆਂਸਰ ਕਰੋ, ਕਿਹੜਾ ਆਪਣਾ ਸਹੀ ਨਹੀਂ ਹੈ। ਦੇਖੋ ਆਪਾਂ ਨੂੰ ਪਤਾ ਹੈਗਾ ਪੋਹ ਤੋਂ ਬਾਅਦ ਮਾਘ ਆਉਂਦਾ ਹੁੰਦਾ ਹੈਗਾ ਨਾ, ਪੋਹ ਤੋਂ ਬਾਅਦ ਮਾਘ ਆਉਂਦਾ ਹੁੰਦਾ ਹੈਗਾ, ਮਾਘ ਪੋਹ ਤੋਂ ਪਹਿਲਾਂ ਮਾਘ ਨਹੀਂ ਆਉਂਦਾ, ਤਾਂ ਆਪਸ਼ਨ ਨੰਬਰ ਜਿਹੜਾ ਬੀ ਹੈਗਾ ਬੱਚੇ ਕੀ ਹੈਗਾ ਆਪਣਾ, ਗਲਤ ਹੈ ਬਿਲਕੁਲ। ਨੈਕਸਟ ਦੱਸੋ ਰਾਜੇ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਦੀ ਵਾਗ ਡੋਰ ਕਦੋਂ ਸੰਭਾਲੀ ਸੀ, ਆਂਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ ਦਾ।
ਜਿੰਨੇ ਬੱਚਿਆਂ ਲੇਟ ਜੁਆਇਨ ਕੀਤਾ ਬੱਚੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ, ਗੁੱਡ ਆਫਟਰਨੂਨ ਜੀ। ਠੀਕ ਹੈ, ਡੇਲੀ ਆਪਣੇ ਹੁਣ ਕੁਐਸਚਨ ਸਟਾਰਟ ਕਰਦੇ ਨੇ ਹੈਗੇ ਨੇ, ਮੈਂ ਥੋੜ੍ਹਾ ਜਿਹਾ ਵੇਟ ਕਰੋ ਅਤੇ 5 ਵਜੇ ਸਾਰੇ ਆਉਣਾ ਬੱਚੇ, ਉੱਥੇ ਵੀ ਇੰਪੋਰਟੈਂਟ ਕੁਐਸਚਨ ਹੈਗੇ ਆ ਤਾਂ ਆਂਸਰ ਕਰੋ ਬੱਚੇ। 1780 ਕਿਵੇਂ ਆ ਸਕਦਾ ਬੱਚੇ? ਰਾਜ ਭਾਗ ਦੀ ਡੋਰ ਕਦੋਂ ਸੰਭਾਲੀ ਸੀਗੀ ਬੱਚੇ? ਆਂਸਰ ਕਰੋ। ਕੀ ਆਂਸਰ ਕਰ ਰਹੇ ਹੋ? ਡੀ ਤਾਂ ਨਹੀਂ ਆਏਗਾ ਬੱਚੇ, 1780 ਗਲਤ ਕਰ ਰਹੇ ਹੋ ਤੁਸੀਂ ਬਿਲਕੁਲ। ਇਸਦਾ ਵੈਸੇ ਮੈਨੂੰ ਡਾਊਟ ਆ ਥੋੜ੍ਹਾ ਜਿਹਾ, ਠੀਕ ਹੈ, ਇਸ ਕੁਐਸਚਨ ਦਾ। ਮੇਰੇ ਅਕੋਰਡਿੰਗ 1797 ਆਏਗਾ, ਮੇਰੇ ਅਕੋਰਡਿੰਗ 1797 ਆਏਗਾ, 92 ਨਹੀਂ ਆਏਗਾ, 1805 ਤਾਂ ਆ ਨਹੀਂ ਸਕਦਾ ਬੱਚੇ। ਠੀਕ ਆ, ਤਾਂ ਥੋੜ੍ਹਾ ਜਿਹਾ ਡਾਊਟ ਰੱਖ ਰਹੀ ਹੈ ਮੈਂ ਕੁਐਸਚਨ ਨੂੰ, ਬਿਕੋਜ਼ ਮੈਨੂੰ ਥੋੜ੍ਹਾ ਡਾਊਟ ਹੈ ਇਸ ਕੁਐਸਚਨ ਦੇ ਵਿੱਚ। ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ ਆਪਣੇ ਇਸਦਾ ਸਹੀ ਆਂਸਰ ਕੀ ਆਏਗਾ ਬੱਚੇ। ਪੰਜਾਬੀ ਸੱਭਿਆਚਾਰ ਵਿੱਚ ਸ਼ੂਸ਼ਕ ਹੈ, ਕੀ ਹੈ ਰਾਜੇ? ਸ਼ੂਸ਼ਕ ਇਸਦੇ ਨਾਲ ਸੰਬੰਧਿਤ ਆ, ਆਪਣੇ ਵਿਆਹ ਨਾਲ, ਜਨਮ ਨਾਲ, ਮੰਗਣੇ ਨਾਲ, ਜਾਂ ਬੱਚੇ ਦਹੇਜ ਨਾਲ। ਸੋ ਈਜ਼ੀ ਹੈਗਾ ਰਾਜੇ, ਆਂਸਰ ਕਰੋ ਕਿਉਂ ਫਾਸਟ ਆਪਣੇ ਨੈਕਸਟ ਕੁਐਸਚਨ ਦਾ। ਮੇਰੇ ਅਕੋਰਡਿੰਗ 1797 ਆਏਗਾ, ਬਟ ਸਟਿਲ ਮੈਂ ਡਾਊਟ ਦੇ ਵਿੱਚ ਰੱਖ ਰਹੀ ਹਾਂ ਕੁਐਸਚਨ ਇਹ। ਠੀਕ ਆ ਰਾਜੇ, ਤਾਂ ਆਂਸਰ ਕਰੋ ਬੱਚੇ। ਤਾਂ ਸੌਖਾ ਹੀ ਆ ਨਾ, ਆਪਣਾ ਸ਼ੂਸ਼ਕ ਆ ਉਹਦੇ ਜਨਮ ਦੇ ਸਮੇਂ, ਨਾ ਜਦੋਂ ਜਨਮ ਹੁੰਦਾ ਉਦੋਂ ਸ਼ੂਸ਼ਕ ਲੈ ਕੇ ਆਉਂਦੇ ਹੁੰਦੇ ਨਾ ਸਾਰਿਆਂ ਨੇ ਆਪਣੇ। ਠੀਕ ਆ ਰਾਜੇ, ਉਹ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕਿੰਨਵੇਂ ਗੁਰੂ ਸਨ? ਲਓ ਆਂਸਰ ਕਰੋ ਬੱਚੇ, ਆਪਣੇ 8ਵੇਂ ਗੁਰੂ, 6ਵੇਂ ਗੁਰੂ, 5ਵੇਂ ਗੁਰੂ, ਜਾਂ ਫਿਰ ਆਪਣੇ 7ਵੇਂ ਗੁਰੂ। ਠੀਕ ਆ ਬੱਚੇ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਕੁਐਸਚਨ ਨੰਬਰ 15 ਦਾ ਆਂਸਰ ਕਰੋ ਕਾਕੇ, ਕੀ ਆਏਗਾ ਆਪਣਾ? ਤਾਂ ਸੌਖਾ ਹੀ ਹੈ ਨਾ, ਆਪਣੇ ਗੁਰੂ ਤੇਗ ਬਹਾਦਰ ਜੀ ਦੇ ਫਾਦਰ ਸਾਹਿਬ ਆਪਣੇ ਕੌਣ ਸੀ? ਆਪਣੇ 6ਵੇਂ ਗੁਰੂ ਜੀ, ਆਪਣੇ ਗੁਰੂ ਹਰਗੋਬਿੰਦ ਸਿੰਘ ਜੀ। ਠੀਕ ਹੈ ਰਾਜੇ, ਮੈਂ ਸਾਰੇ ਬੱਚੇ ਲਿਖਵਾਏ ਹੋਏ ਹੈਗੇ ਨੇ, ਹੋ ਸਕਦਾ ਟੈਲੀਗ੍ਰਾਮ 'ਤੇ ਮੇਰਾ ਪੂਰਾ ਗੁਰੂ ਪੀਰੀਅਡ ਦੀ ਪ੍ਰੋਪਰ PDF ਵੀ ਪਈ ਹੋਵੇ ਬੱਚੇ, ਜਾ ਕੇ ਸਾਰਿਆਂ ਨੇ ਤੁਸੀਂ ਦੇਖ ਲਿਓ। ਠੀਕ ਆ, ਹਾਂ ਮੈਨੂੰ ਬੱਚੇ 1797 ਹੀ ਹੈਗਾ ਮੈਨੂੰ ਲੱਗਦਾ, ਬਟ ਸਟਿਲ ਤੁਸੀਂ ਇੱਕ ਵਾਰ ਕੁਰੈਕਟ ਕਰਕੇ ਮੈਨੂੰ ਵੀ ਥੋੜ੍ਹਾ ਕੁਰੈਕਟ ਕਰ ਦਿਓ। ਠੀਕ ਆ ਬੱਚੇ, ਮੇਰੇ ਕੋਲ 1797 ਹੀ ਆਏਗਾ। ਲੋ ਕਿਹੜਾ ਸ਼ਬਦ ਜੋੜਾ ਵਿਰੋਧ ਆਰਥਿਕ ਨੂੰ ਨਹੀਂ ਦਰਸਾਉਂਦਾ ਹੈ? ਕੁਐਸਚਨ ਨੰਬਰ 16 ਦਾ ਆਂਸਰ ਕਰੋ ਬੱਚੇ, ਆਪਣਾ ਕੀ ਆਏਗਾ? ਹਾਂ 1797 ਹੀ ਆਏਗਾ ਬੱਚੇ ਬਿਲਕੁਲ। ਚਲੋ ਆਂਸਰ ਕਰੋ ਕਾਕੇ। ਆਪਣਾ ਇੱਕ ਚੀਜ਼ ਮੈਂ ਹੋਰ ਦੱਸ ਦੇਵਾਂ, 5 ਵਜੇ ਕਿਸੇ ਵੀ ਬੱਚੇ ਨੇ ਕਲਾਸ ਨਹੀਂ ਭੁੱਲਣੀ ਹੈਗੀ ਬੱਚੇ। ਠੀਕ ਹੈ, ਇਹ ਤਾਂ ਚਲੋ ਅੱਜ ਥੋੜ੍ਹੀ PDF ਸੀਗੀ, ਫਸਟ ਟਾਈਮ ਮੇਰੇ ਕੋਲ ਘੱਟ ਸੀਗਾ, ਬਟ ਅਗਰ ਅਦਰਵਾਈਜ਼ ਤੁਹਾਨੂੰ ਪਤਾ ਪ੍ਰੋਪਰ PPT ਮੈਂ ਥਿਊਰੀ ਪਲੱਸ MCQ ਹੀ ਕਰਵਾਇਆ ਕਰਨੇ ਹੈਗੇ ਬੱਚੇ, 2 ਵਜੇ ਦੁਬਾਰਾ ਫਿਰ। ਠੀਕ ਆ, ਅਤੇ 5 ਵਜੇ ਵੀ ਬੱਚੇ ਮੇਰੀ ਸੇਮ ਇਹੀ ਚੀਜ਼ ਚੱਲ ਰਹੀ ਹੈ, ਥਿਊਰੀ ਪਲੱਸ MCQ। 5 ਵਜੇ ਕਿਸੇ ਵੀ ਬੱਚੇ ਨੇ ਨਹੀਂ ਭੁੱਲਣਾ ਰਾਜੇ। ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, 16 ਦਾ ਆਂਸਰ ਕਰੋ ਬੱਚੇ, ਪਹਿਲਾਂ 16 ਦਾ। ਬੀ ਆਏਗਾ ਬੱਚੇ, ਬਰੀਕ ਐਂਡ ਮਹੀਨ ਦੋਨੋਂ ਸੇਮ ਹੋ ਗਏ। ਆਪਾਂ ਕਹਿੰਦੇ ਬਰੀਕ ਜੀ ਚੀਜ਼ ਆ, ਮਹੀਨ ਜੀ ਚੀਜ਼ ਆ, ਬਿਲਕੁਲ ਦੋਨੇ ਵਿਰੋਧੀ ਸ਼ਬਦ ਥੋੜ੍ਹੀ ਨਾ ਹੈਗੇ ਆ, ਦੋਨੇ ਆਪਣੇ ਸਮਾਨਾਰਥਿਕ ਹੈਗੇ ਨੇ। ਠੀਕ ਆ, ਤਾਂ ਆਪਣਾ 16 ਦਾ ਕੀ ਆਏਗਾ ਬੱਚੇ? ਬੀ ਆਂਸਰ ਆਏਗਾ। ਲੋ ਕਿਹੜਾ ਸ਼ਬਦ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਵੱਲ ਸਹੀ ਇਸ਼ਾਰਾ ਕਰਦਾ ਹੈ? ਇਹ ਤਾਂ ਸੌਖਾ ਹੀ ਹੈ ਬੱਚੇ, ਇਹ ਤਾਂ ਮੈਂ ਤੁਹਾਨੂੰ ਕਰਵਾਈ ਹੋਈ ਹੈਗੀ ਆ, ਉਚੇਰਾ, ਉੱਚਤਮ, ਅਤਿ ਉੱਚਾ, ਜਾਂ ਫਿਰ ਅਚੀ ਉੱਚਤਮ। ਇਹ ਤਾਂ ਸੌਖਾ ਹੀ ਹੈ ਬੱਚੇ, ਇਹ ਤਾਂ ਸੌਖਾ ਹੀ ਹੈ। ਆਪਣਾ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਕਿਹੜਾ ਸ਼ਬਦ ਜੋੜਾ ਵਿਰੋਧ ਆਰਥਿਕ ਨੂੰ ਨਹੀਂ ਦਰਸਾਉਂਦਾ ਹੈ ਬੱਚੇ? ਸੋਰੀ, ਆਪਣਾ ਗੁਣਵਾਚਕ ਵਿਸ਼ੇਸ਼ਣ। ਤਾਂ ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਸਭ ਤੋਂ ਅਧਿਕਤਮ ਅਵਸਥਾ ਕਿਹੜੀ ਆ ਜਾਂਦੀ ਹੈ, ਸਭ ਤੋਂ ਅਧਿਕਤਮ ਆਪਣੀ ਕਿਹੜੀ ਆਉਂਦੀ ਹੈ ਬੱਚੇ? ਉੱਚਤਮ ਆਉਂਦੀ ਆ। ਕਿਹੜੀ ਆਉਂਦੀ ਹੈ ਆਪਣੀ? ਉੱਚਤਮ ਆਉਂਦੀ ਆ, ਆਪਸ਼ਨ ਨੰਬਰ ਸੀ ਆਂਸਰ ਆਏਗਾ, 17 ਦਾ। ਠੀਕ ਹੈ ਰਾਜੇ, ਲੋ ਜਦੋਂ ਇਹ ਦੱਸਣਾ ਹੋਵੇ
ਆਈਸ ਨਾ ਖਾਣ ਦਾ ਮਤਲਬ ਦੱਸੋ ਬੱਚੇ। ਠੀਕ ਆ, ਸੁੱਖ ਅਤੇ ਮੌਜ ਮੇਲਾ ਥੋੜੇ ਹੀ ਦਿਨ ਦਾ ਰਹਿੰਦਾ ਹੈ। ਠੀਕ ਆ, ਸੁੱਖ ਅਤੇ ਮੌਜ ਮੇਲਾ ਥੋੜੇ ਦਿਨ ਦਾ ਰਹਿੰਦਾ ਹੈ। ਕੁਐਸਚਨ ਨੰਬਰ 18 ਇਹਦਾ ਆਨਸਰ ਕਰੋ ਬੱਚੇ, ਆਪਣਾ ਕਿਹੜਾ ਆਏਗਾ, 100 ਦਿਨ ਚੋਰ ਦਾ ਜਾਂ 1 ਦਿਨ ਸਾਧ ਦਾ? ਮੋੜ ਘੇੜ ਬੋਤੀ ਬੋਰਡ ਦੇ ਥੱਲੇ। ਠੀਕ ਆ ਰਾਜੇ, ਮੋੜ ਘੇੜ ਕਿਹੜਾ? ਜਫਰਵਾਲ ਜਾਂ ਫਿਰ 4 ਦਿਨ ਦੀ ਚਾਂਦਣੀ ਫਿਰ ਹਨੇਰੀ ਰਾਤ। ਇਹ ਤਾਂ ਸੌਖਾ ਹੀ ਹੈ ਬੱਚੇ, ਸੋ ਈਜ਼ੀ ਹੈ ਆਪਣਾ ਕੁਐਸਚਨ ਨੰਬਰ 18। ਆਨਸਰ ਕਰੋ ਬੱਚੇ ਆਪਣਾ, ਕਿਉਂਕਿ ਫਾਸਟ ਆਨਸਰ ਕਰੋ ਰਾਜੇ ਆਪਣਾ ਕੀ ਆਏਗਾ, ਨੈਕਸਟ ਕੁਐਸਚਨ ਆਨਸਰ ਕਰੋ। ਤਾਂ ਇਹ ਸੌਖਾ ਹੀ ਹੈਗਾ ਨਾ ਆਪਣਾ, ਵੀ ਜਦੋਂ ਵੀ ਸੁੱਖ ਅਤੇ ਮੌਜ ਮੇਲਾ ਥੋੜੇ ਹੀ ਦਿਨ ਦਾ ਹੋਵੇ, ਆਪਾਂ ਕਹਿੰਦੇ ਹੁੰਦੇ ਨੇ ਵੀ 4 ਦਿਨ ਦੀ ਚਾਂਦਨੀ ਆ ਬਸ, ਵੀ ਥੋੜੇ ਟਾਈਮ ਦੀ ਆ, ਫਿਰ ਹਨੇਰੀ ਰਾਤ। ਆਪਸ਼ਨ ਨੰਬਰ ਡੀ ਆਨਸਰ ਆਏਗਾ। ਜਿਹੜੇ ਬੱਚੇ ਮਿਹਨਤ ਨਹੀਂ ਕਰਦੇ ਉਹ ਇਮਤਿਹਾਨ ਸਮੇਂ ਪਛਤਾਉਂਦੇ ਹਨ, ਤਾਂ ਦੱਸੋ ਰਾਜੇ ਫਿਰ ਇਹ ਕਿਹੜੀ ਕਿਸਮ ਹੈਗੀ? ਆਪਣਾ ਸੰਬੰਧਵਾਚਕ ਵਿਸ਼ੇਸ਼ਣ ਆ, ਪੜਨਾਮੀ ਵਿਸ਼ੇਸ਼ਣ ਆ, ਸੰਬੰਧਵਾਚਕ ਪੜਨਾਮ ਹੈ, ਜਾਂ ਕੀ ਹੈ ਰਾਜੇ? ਨਿਸ਼ਚੈਵਾਚਕ ਪੜਨਾਮ ਆ। ਆਨਸਰ ਕਰੋ ਕਿਉਂਕਿ ਫਾਸਟ ਰਾਜੇ ਆਪਣੇ ਨੈਕਸਟ ਕੁਐਸਚਨ ਦਾ। ਕੁਐਸਚਨ ਨੰਬਰ 19 ਦਾ ਆਨਸਰ ਕਰੋ ਬੱਚੇ। ਤਾਂ ਜਿਹੜੇ ਬੱਚੇ ਮਿਹਨਤ ਨਹੀਂ ਕਰਦੇ, ਤਾਂ ਜਿਹੜੇ ਹੋ ਗਿਆ, ਜੋ ਹੋ ਗਿਆ, ਸੋ ਜਿਹੜਾ ਹੋ ਗਿਆ ਰਾਜੇ, ਸੰਬੰਧਵਾਚਕ ਨੂੰ ਦਰਸਾਉਂਦਾ ਹੈਗਾ ਆਪਣਾ। ਤੇ ਸੰਬੰਧ ਪੜਨਾਮੀ ਕਿਉਂ ਆਏਗਾ ਬੱਚੇ? ਜੋ ਸੋ ਜਿਹੜਾ ਆਪਣਾ ਸੰਬੰਧਵਾਚਕ ਨੂੰ ਹੀ ਦਰਸਾਉਂਦਾ ਹੈਗਾ। ਮੈਂ ਉਹੀ ਤਾਂ ਕਰਵਾ ਕੇ ਹਟੀ ਹਾਂ ਤੁਹਾਨੂੰ, ਮੇਰੇ ਅਕੋਰਡਿੰਗ ਤਾਂ ਸੰਬੰਧਵਾਚਕ ਪੜਨਾਮ ਆਏਗਾ ਬੱਚੇ, ਬੀ ਆਨਸਰ ਆਏਗਾ। ਨਿਸ਼ਚੈਵਾਚਕ ਨਹੀਂ, ਨਿਸ਼ਚੈਵਾਚਕ ਤਾਂ ਇਹ ਉਹ ਹੁੰਦੇ ਆ ਬੱਚੇ ਵਰਡਸ, ਠੀਕ ਆ, ਇਹ ਉਹ ਹੁੰਦੇ ਹੈਗੇ, ਨਿਸ਼ਚੈਵਾਚਕ ਨਹੀਂ ਆਏਗਾ। ਜਿਹੜਾ ਪੁੱਛਿਆ ਉਹਨਾਂ ਨੇ, ਜਿਹੜਾ ਪੁੱਛਿਆ ਹੈਗਾ ਵੀ ਆਪਣਾ ਜਿਹੜਾ ਵਾਕ ਵਿੱਚ ਜਿਹੜਾ ਜਿਹੜੇ ਸ਼ਬਦ ਆ ਨਾ ਕਿਸ ਰੂਪ ਚ ਵਰਤਿਆ ਗਿਆ, ਤੇ ਮੇਰੇ ਅਕੋਰਡਿੰਗ ਬੀ ਆਨਸਰ ਆਏਗਾ, ਸੰਬੰਧਵਾਚਕ ਪੜਨਾਮ ਆਏਗਾ ਬੱਚੇ। ਬਟ ਫਿਰ ਵੀ ਡਾਊਟਸ ਰੱਖਦੇ ਆਪਾਂ ਨੂੰ, ਠੀਕ ਆ, ਇਸ ਕੁਐਸਚਨ ਨੂੰ ਡਾਊਟਸ ਰੱਖ ਲੈਂਦੇ ਆ, ਬਟ ਮੇਰੇ ਅਕੋਰਡਿੰਗ ਬੀ ਹੀ ਆਏਗਾ। ਜ਼ਰੂਰਤਮੰਦ ਸ਼ਬਦ ਦੱਸੋ ਰਾਜੇ, ਮੰਦ ਪਿਛੇਤਰ ਕਿਸ ਅਰਥ ਨੂੰ ਪ੍ਰਗਟਾਉਂਦਾ ਹੈ? ਵਾਲਾ, ਦੇਣ ਵਾਲਾ ਹੋ ਗਿਆ, ਭਰਪੂਰ, ਜਾਂ ਫਿਰ ਬੱਚੇ ਆਪਣਾ ਪੂਰਾ ਕਰਨ ਵਾਲਾ? ਆਨਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ। ਨਹੀਂ ਆਪਣਾ ਜੋ ਸੋ ਜਿਹੜਾ ਆਪਣਾ ਮੈਂ ਤੁਹਾਨੂੰ ਕਰਵਾਇਆ ਹੋਇਆ ਬੱਚੇ, ਸੰਬੰਧਵਾਚਕ ਮੈਂ ਕਰਵਾਇਆ ਹੋਈ ਹੈ, ਚੀਜ਼ ਵੀ ਹੈ, ਜੋੜ ਰਿਹਾ ਹੈਗਾ, ਸੰਬੰਧ ਪ੍ਰਗਟ ਕਰ ਰਿਹਾ। ਚਲ ਕੋਈ ਗੱਲ ਨਹੀਂ, ਆਪਾਂ ਕੁਰੈਕਟ ਕਰ ਲਾਂਗੇ, ਠੀਕ ਹੈ ਰਾਜੇ। ਕੋਈ ਰਿਕਾਰਡਡ ਸੈਸ਼ਨ ਨਹੀਂ ਆ ਪਵਨਦੀਪ ਕੌਰ, ਮੈਂ ਡਾਊਟ 'ਚ ਰੱਖਿਆ ਨਾ ਕੁਐਸਚਨ, ਮੈਂ ਖੁਦ ਡਾਊਟ 'ਚ ਰੱਖਿਆ ਹੈਗਾ, ਠੀਕ ਹੈ, ਆਪਾਂ ਦੁਬਾਰਾ ਇਹ ਚੀਜ਼ ਕੁਰੈਕਟ ਕਰ ਲਵਾਂਗੇ। ਕੁਐਸਚਨ ਨੰਬਰ 19, 20 ਦਾ ਆਨਸਰ ਕਰੋ ਪਵਨਦੀਪ। ਕੋਈ ਰਿਕਾਰਡਡ ਸੈਸ਼ਨ ਨਹੀਂ ਆ, ਲਾਈਵ ਹੀ ਹੈਗਾ ਕਿ, ਠੀਕ ਹੈ, ਆਨਸਰ ਕਰੋ ਬੱਚੇ। ਮੰਦ ਦਾ ਮਤਲਬ ਕੀ ਹੁੰਦਾ? ਜ਼ਰੂਰਤਮੰਦ ਹੈ ਨਾ, ਵੀ ਉਹਨੂੰ ਆਪਾਂ ਚੀਜ਼ ਦੇਣੀ, ਉਹ ਜ਼ਰੂਰਤਮੰਦ ਨੂੰ ਚੀਜ਼ ਦੇ ਦਿਓ, ਮੈਂ ਵੀ ਦੇਣ ਵਾਲਾ ਆਏਗਾ, ਠੀਕ ਆ। ਹੁਣ ਦੱਸੋ ਰਾਜੇ, ਜਿਹੜਾ ਇੱਕ ਵਚਨ ਪਲਿੰਗ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਆਉਂਦੀ ਹੈ, ਦੱਸੋ ਰਾਜੇ ਉਹਨਾਂ ਦਾ ਇੱਕ ਵਚਨ ਕਿਵੇਂ ਬਣਦਾ ਹੈ? ਰਾਜੇ ਆਨਸਰ ਕਰੋ, ਈ ਪਛੇਤਰ ਲਾ ਕੇ, ਨੀ ਪਛੇਤਰ ਲਾ ਕੇ, ਅਨ ਜਾਂ ਨਾਣਾ ਜਾਂ ਨੰਨਾ ਪਛੇਤਰ ਲਾ ਕੇ ਬੱਚੇ, ਜਾਂ ਫਿਰ ਆਪਣਾ ਰੀ ਲਾ ਕੇ? ਕੋਈ ਗੱਲ ਨਹੀਂ, ਆਪਾਂ ਕੁਰੈਕਟ ਕਰ ਦੂੰ, ਠੀਕ ਆ ਬੱਚੇ, ਮੈਂ ਆਪਾਂ ਨੈਕਸਟ ਕਲਾਸ 'ਚ ਕੁਰੈਕਟ ਕਰ ਲਾਂਗੇ। ਜਿਹੜੇ ਕੁਐਸਚਨ ਮੈਂ ਡਾਊਟ 'ਚ ਰੱਖੇ ਨੇ ਆਪਾਂ ਉਹ ਚੀਜ਼ ਜ਼ਰੂਰ ਕੁਰੈਕਟ ਕਰਾਂਗੇ। ਫਿਲਹਾਲ ਆਨਸਰ ਕਰੋ ਕੁਐਸਚਨ ਨੰਬਰ 21 ਦਾ ਬੱਚੇ, ਤੇ ਐਂਡ 'ਚ ਤੁਸੀਂ ਮੈਨੂੰ ਸਾਰਿਆਂ ਨੇ ਮਾਰਕਸ ਦੱਸਣੇ ਆ ਵੀ ਤੁਹਾਡੇ ਕਿੰਨੇ ਮਾਰਕਸ ਬਣੇ ਹੈਗੇ ਨੇ ਬੱਚੇ, ਠੀਕ ਆ। ਆਨਸਰ ਕਰੋ ਆਪਣਾ ਕੀ ਆਏਗਾ, ਜਿੱਦਾਂ ਖਿਡਾਰੀ ਹੋ ਗਿਆ, ਖਿਡਾਰੀ ਹੋ ਗਿਆ ਨਾ, ਖਿਡਾਰੀ ਦਾ ਆਪਾਂ ਚੇਂਜ ਕਿਵੇਂ ਕਰਾਂਗੇ ਬੱਚੇ? ਦੇਖੋ ਖਿਡਾਰੀ ਹੋ ਗਿਆ ਵਰਡ, ਆਪਣਾ ਕੀ ਹੋ ਗਿਆ? ਖਿਡਾਰੀ ਹੋ ਗਿਆ, ਜਿੱਦਾਂ ਮੈਂ ਇੱਕ ਵਰਡ ਲੈ ਰਹੀ ਹਾਂ,
ਦੇਖੋ ਆਪਾਂ ਵਰਡ ਕੀ ਲੈ ਲਿਆ, ਮੈਂ ਖਿਡਾਰੀ ਲੈ ਲਿਆ, ਤੇ ਇਹਦਾ ਕੀ ਬਣੇਗਾ? ਖਿਡਾਰਨ ਬਣੇਗਾ ਨਾ। ਆਪਾਂ ਨਾਣਾ ਜਾਂ ਨੰਨਾ ਲਾ ਕੇ ਨਹੀਂ ਬੱਚੇ ਚੇਂਜ ਕਰਾਂਗੇ। ਭਿਖਾਰੀ ਹੋ ਗਿਆ, ਭਿਖਾਰਨ ਹੋ ਗਿਆ। ਹੁਣ ਆਪਣਾ ਈ ਪਿੱਛੇ ਆਪਾਂ ਈ ਥੋੜ੍ਹੀ ਨਾ ਲਾਵਾਂਗੇ। ਤੁਸੀਂ ਆਪ ਸੋਚੋ, ਮੇਰੇ ਅਕੋਰਡਿੰਗ ਤਾਂ ਨਾਣਾ ਨੰਨਾ ਆਏਗਾ, ਮੇਰੇ ਅਕੋਰਡਿੰਗ ਤਾਂ ਆਪਸ਼ਨ ਨੰਬਰ ਡੀ ਆਂਸਰ ਆਏਗਾ ਬੱਚੇ। ਠੀਕ ਆ, ਤੁਸੀਂ ਆਪ ਸੋਚੋ। ਆਪਾਂ ਕੱਲ੍ਹ ਪਰਸੋਂ ਵਾਲੀ ਕਲਾਸ 'ਚ ਕਰਕੇ ਹਟੇ ਆ ਨਾ ਵਚਨ, ਜਦੋਂ ਮੈਂ ਕੀਤੇ ਸੀ ਵੀ ਜਦੋਂ ਪਿੱਛੇ ਬਿਹਾਰੀ ਹੋ ਗਈ, ਕੰਨਾ ਆ ਗਿਆ, ਉਹਨੂੰ ਆਪਾਂ ਕਿੱਦਾਂ ਚੇਂਜ ਕਰਦੇ ਹਾਂ? ਤਾਂ ਮੇਰੇ ਅਕੋਰਡਿੰਗ ਆਂਸਰ ਬੀ ਆਏਗਾ, ਬਾਕੀ ਤੁਸੀਂ ਦੱਸੋ ਆਂਸਰ ਕੀ ਆਏਗਾ। ਲਓ ਰਾਜੇ, ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਹੋਈ ਹੈ? ਰਾਜੇ ਹੁਣ ਕਰੋ ਆਂਸਰ, ਆਪਣਾ ਇਹ ਵੀ ਈਜ਼ੀ ਹੈਗਾ ਕੁਐਸਚਨ, ਕਿਉਂਕਿ ਫਾਸਟ ਕਰੋ ਰਾਜੇ। ਆਂਸਰ ਆਪਣਾ ਕੀ ਆਇਆ? ਕੁਐਸਚਨ ਨੰਬਰ 22 ਦਾ ਆਂਸਰ ਕਰੋ। ਕੁਐਸਚਨ ਨੰਬਰ 22 ਬੱਚੇ ਆਂਸਰ ਕਰੋ, ਇਹ ਤਾਂ ਸੌਖਾ ਹੀ ਆ। ਸਹੀ ਵਿਸ਼ਰਾਮ ਚਿੰਨ੍ਹ ਬੱਚੇ ਆਪਣਾ ਕਿੱਥੇ ਲੱਗਿਆ ਹੋਇਆ ਹੈਗਾ? ਦੇਖੋ ਹੈ ਹਨਾ, ਇਹ ਤਾਂ ਆਪਣਾ ਗਲਤ ਆ। ਹੈ ਤੋਂ ਬਾਅਦ ਵਿਸ਼ਰਾਮ ਚਿੰਨ੍ਹ ਆਉਣਾ ਸੀਗਾ, ਤਾਂ ਫਸਟ ਆਪਸ਼ਨ ਵੀ ਆਪਣੀ ਗਲਤ ਹੋ ਗਈ ਬੱਚੇ। ਸੈਕੰਡ ਕਲੋਜ਼ ਇੱਥੇ ਵੀ ਆਉਣਾ ਸੀਗਾ, ਤਾਂ ਇਟ ਮੀਨਸ ਆਪਣੀ ਆਪਸ਼ਨ ਨੰਬਰ ਈ ਸਹੀ ਆ, ਆਪਸ਼ਨ ਨੰਬਰ ਸੀ ਆਏਗਾ ਰਾਜੇ ਆਪਣਾ ਆਂਸਰ। ਨੈਕਸਟ ਦੱਸੋ ਰਾਜੇ, ਕਿਹੜਾ ਵਰਗ ਸ਼ੁੱਧ ਸ਼ਬਦਾਂ ਦਾ ਹੈ? ਕੁਐਸਚਨ ਨੰਬਰ 23 ਦਾ ਆਂਸਰ ਕਰੋ ਰਾਜੇ। ਆਪਣਾ ਅਦਕਰ ਹੋ ਗਿਆ, ਸੁਨਹਿਰਾ, ਗਿੰਨਾ ਹੋ ਗਿਆ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਕੁਐਸਚਨ ਨੰਬਰ ਆਪਣਾ 23 ਬੱਚੇ, ਦੱਸੋ ਇਹਦੇ ਵਿੱਚੋਂ ਕਿਹੜਾ ਆਪਣਾ ਸ਼ੁੱਧ ਹੈਗਾ, ਏ ਬੀ ਸੀ ਜਾਂ ਡੀ? ਨੰਬਰਿੰਗ ਪਾ ਕੇ ਬੱਚੇ ਆਂਸਰ ਕਰਦਿਆ ਕਰੋ, ਠੀਕ ਹੈ? ਨੰਬਰਿੰਗ ਪਾ ਕੇ ਆਂਸਰ ਕਰਦਿਆ ਕਰੋ ਵੀ ਤੁਸੀਂ ਕੀ ਆਂਸਰ ਕਰ ਰਹੇ ਹੋ, ਤਾਂ ਜੋ ਮੈਨੂੰ ਵੀ ਪਤਾ ਚੱਲ ਜੇ। ਕੁਐਸਚਨ ਨੰਬਰ 23 ਦਾ ਆਂਸਰ ਕਰੋ ਬੱਚੇ। ਸ਼ੁੱਧ ਸ਼ਬਦ ਬੱਚੇ ਆਪਣਾ ਡੀ ਆਏਗਾ, ਇਹ ਗਲਤ ਹੈ, ਬਰੀਕ ਗਲਤ ਪਾਇਆ ਹੋਇਆ। ਬਗੀਚਾ, ਬਗੀਚਾ, ਕੰਨੇ ਦੇ ਉੱਪਰ ਬਿੰਦੀ ਥੋੜੀ ਨਾ ਪਏਗੀ ਬਗੀਚਾ ਦੇ ਉੱਪਰ, ਇਹ ਤਾਂ ਗਲਤ ਹੈਗਾ। ਤਾਂ ਆਪਸ਼ਨ ਨੰਬਰ ਕੀ ਹੈਗਾ ਰਾਜੇ ਆਪਣਾ? ਆਪਸ਼ਨ ਨੰਬਰ ਡੀ ਆਏਗਾ ਬੱਚੇ, ਠੀਕ ਹੈ? 23 ਦਾ ਆਪਣਾ ਡੀ ਆਂਸਰ ਆਏਗਾ ਬੱਚੇ, ਇਹ ਆਪਣਾ ਸਹੀ ਹੈਗਾ, ਠੀਕ ਹੈ? ਰਸਾਇਣ, ਬਾਜ਼ਾਰ ਤੇ ਕੇਂਦਰ। ਹੁਣ ਨੈਕਸਟ ਦੱਸੋ ਰਾਜੇ, ਆਪਣਾ ਪੰਜਾਬੀ ਵਾਕ ਬਣਤਰ ਅਨੁਸਾਰ ਸ਼ੁੱਧ ਸ਼ਬਦ ਦੀ ਪਹਿਚਾਣ ਕਰੋ। ਕੁਐਸਚਨ ਨੰਬਰ 24 ਦਾ ਆਂਸਰ ਕਰੋ ਬੱਚੇ। ਉਹ ਅਕਸਰ ਆਉਂਦਾ ਰਹਿੰਦਾ ਇੱਥੇ, ਉਹ ਇੱਥੇ ਅਕਸਰ ਆਉਂਦਾ ਰਹਿੰਦਾ ਹੈ, ਉਹ ਇੱਥੇ ਅਕਸਰ ਆਉਂਦਾ ਰਹਿੰਦਾ ਹੈ ਬੱਚੇ, ਜਾਂ ਕੀ ਆਏਗਾ ਫਿਰ? ਇੱਥੇ ਅਕਸਰ ਆਉਂਦਾ ਰਹਿੰਦਾ ਉਹ। ਕੁਐਸਚਨ ਨੰਬਰ 24 ਦਾ ਆਂਸਰ ਕਰੋ ਬੱਚੇ। ਤਾਂ ਆਪਣਾ ਆਪਸ਼ਨ ਨੰਬਰ 24 ਦਾ ਕੀ ਆਏਗਾ ਰਾਜੇ? ਆਪਣਾ ਸੀ ਆਏਗਾ ਨਾ, ਉਹ ਇੱਥੇ ਅਕਸਰ ਆਉਂਦਾ ਰਹਿੰਦਾ ਹੈ। ਗ੍ਰੈਮਰ ਦੇ ਅਕੋਰਡਿੰਗ, ਅਕੋਰਡਿੰਗ ਟੂ ਗ੍ਰੈਮਰ ਬੱਚੇ, ਤਾਂ ਆਪਣਾ ਕੀ ਹੈਗਾ? ਆਪਸ਼ਨ ਨੰਬਰ ਸੀ ਹੀ ਆਏਗਾ ਰਾਜੇ ਆਂਸਰ, ਬਿਲਕੁਲ ਸਹੀ, ਠੀਕ ਆ। ਹੁਣ ਦੱਸੋ ਰਾਜੇ, 89 ਦਾ ਸਹੀ ਪੰਜਾਬੀ ਉਚਾਰਨ ਕੀ ਹੈ? 69 ਹੋ ਗਿਆ ਬੱਚੇ, 79 ਹੋ ਗਿਆ ਆਪਣਾ, 99 ਹੋ ਗਿਆ, ਜਾਂ ਫਿਰ 99 ਹੋ ਗਿਆ ਬੱਚੇ, ਆਂਸਰ ਕਰੋ। ਕੁਐਸਚਨ ਨੰਬਰ 25 ਦਾ ਆਂਸਰ ਕਰੋ ਬੱਚੇ, ਕੀ ਆਏਗਾ? ਜਿੰਨੇ ਜਾਣੇ ਦੇਖ ਰਹੇ ਹੋ ਬੱਚੇ, ਸੈਸ਼ਨ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਦਿਓ, ਤੇ 5 ਵਜੇ ਬੱਚੇ ਕਲਾਸ ਕੋਈ ਵੀ ਬੱਚਾ ਮਿਸ ਨਾ ਕਰਿਆ ਕਰੋ। ਉੱਥੇ ਵੀ ਸੇਮ ਮੇਰੀ ਥਿਊਰੀ ਪਲੱਸ ਐਮਸੀਕਿਊ ਚੱਲ ਰਹੀ ਹੈ, ਠੀਕ ਹੈ ਰਾਜੇ? ਤੇ ਹੁਣ 2 ਵਜੇ ਵੀ ਪ੍ਰੋਪਰ ਮੈਂ ਥਿਊਰੀ ਪਲੱਸ ਐਮਸੀਕਿਊ ਹੀ ਸਟਾਰਟ ਕਰ ਦੇਣੇ ਆ ਬੱਚੇ। ਤਾਂ ਆਂਸਰ ਕਰੋ ਰਾਜੇ, 89 ਦਾ ਸਹੀ ਪੰਜਾਬੀ ਉਚਾਰਨ ਕੀ ਹੈ? 25 ਦਾ ਕੀ ਆਏਗਾ ਰਾਜੇ? ਆਪਣਾ 99 ਆਏਗਾ, ਠੀਕ ਆ, 99 ਨਹੀਂ ਆਏਗਾ, ਆਪਸ਼ਨ ਨੰਬਰ ਸੀ ਆਂਸਰ ਆਏਗਾ। ਜਿਨ੍ਹਾਂ ਨੇ ਆਂਸਰ ਸੀ ਕੀਤਾ ਬੱਚੇ,
ਵੈਰੀ ਗੁੱਡ, ਸਭ ਦਾ ਹੀ ਆਨਸਰ ਸਹੀ ਹੈ ਰਾਜੇ। ਹੇਠ ਲਿਖੇ ਦਿਨਾਂ ਦੇ ਨਾਵਾਂ ਵਿੱਚੋਂ ਕਿਹੜਾ ਨਾਮ ਸ਼ੁੱਧ ਪੰਜਾਬੀ ਆ? ਮੇਰੇ ਸੈਸ਼ਨ ਨੂੰ ਅੱਧ ਲਾਈਕ ਸ਼ੇਅਰ ਕਰ ਦਿਓ। ਦੇਖੋ ਅੱਜ ਤਾਂ ਮੈਂ ਤੁਹਾਡੇ ਤੋਂ ਕੁਛ ਨਹੀਂ ਮੰਗਿਆ ਨਾ, ਅਤੇ ਅੱਜ ਮੈਂ ਸੀਰੀਅਸਲੀ ਪਹਿਲੀ ਵਾਰ ਕਹਿ ਰਹੀ ਹਾਂ ਕਿ ਮੇਰੇ ਸੈਸ਼ਨ ਨੂੰ ਅੱਧ ਤੋਂ ਅੱਧ ਲਾਈਕ ਸ਼ੇਅਰ ਕਰ ਦਿਓ। ਮੈਂ PDF ਪੱਕਾ ਪ੍ਰੋਵਾਈਡ ਕਰ ਦੂੰਗੀ। ਰਿਸ਼ਵਤ ਮਤਲਬ ਰਿਸ਼ਵਤ ਮੈਂ ਤੁਹਾਨੂੰ ਦੇ ਰਹੀ ਹਾਂ ਕਿ ਜੇ ਤੁਸੀਂ ਮੇਰੇ ਸੈਸ਼ਨ ਨੂੰ ਲਾਈਕ ਸ਼ੇਅਰ ਕਰੋਗੇ ਮੈਂ PDF ਪੱਕਾ ਪੱਕਾ ਦਿਊਂਗੀ, 5 ਵਜੇ ਵਾਲੀ ਵੀ ਐਂਡ 2 ਵਜੇ, ਬਿਕੋਜ਼ ਹੁਣ 2 ਵਜੇ ਤਾਂ ਮੈਂ ਬਹੁਤ ਵਧੀਆ ਕੁਐਸਚਨ ਬਣਾ ਰਹੀ ਹਾਂ ਅਤੇ ਪੱਕਾ ਦੇ ਦੂੰਗੀ। ਐਲੀਸ ਮੈਂ ਇੰਨਾ ਕੁ ਡਿਜ਼ਰਵ ਤਾਂ ਕਰਦੀ ਹਾਂ ਨਾ, ਬਿਕੋਜ਼ ਮੈਂ ਤੁਹਾਨੂੰ ਹਰ ਇੱਕ ਚੀਜ਼ ਦੇ ਰਹੀ ਹਾਂ ਫ੍ਰੀ ਦੇ ਵਿੱਚ, ਅਤੇ ਮੈਂ ਤਾਂ ਤੁਹਾਨੂੰ ਕਿਹਾ ਵੀ ਨਹੀਂ ਕਦੇ ਹੈ ਨਾ ਕੁਛ ਵੀ। ਜੇ ਸੈਸ਼ਨ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਡੇਲੀ, ਠੀਕ ਆ, ਤਾਂ ਓਬਵੀਅਸ ਗੱਲ ਮੈਂ ਤੁਹਾਨੂੰ ਪੱਕਾ PDF ਦੇ ਦੂੰਗੀ। ਅਦਰਵਾਈਜ਼ ਮੈਂ ਸੀਰੀਅਸਲੀ ਮਤਲਬ ਮੈਂ ਤੁਹਾਡੇ ਤੋਂ ਹੀ ਅੱਕ ਕੇ ਨਾ, ਬਿਕੋਜ਼ ਤੁਸੀਂ ਬੋਲੇ ਕਈ ਬੱਚੇ ਕਾਫੀ ਗੰਦਾ ਬੋਲੇ ਐਂਡ ਮੈਂ ਬਿਲਕੁਲ ਟੋਲਰੇਟ ਨਹੀਂ ਕਰਦੀ ਕਿਸੇ ਚਾਹੇ ਕੁਛ ਵੀ ਹੋਵੇ। ਤੁਹਾਨੂੰ ਪਤਾ ਹੀ ਹੈਗਾ ਕਿ ਮੈਂ ਜੋ ਵੀ ਬੋਲਦੀ ਹਾਂ ਮੈਂ ਬਿਲਕੁਲ ਲਾਈਵ ਬੋਲਦੀ ਹਾਂ। ਜੇ ਮੈਨੂੰ ਗੁੱਸਾ ਆਉਂਦਾ ਤੁਹਾਨੂੰ ਪਤਾ ਹੁੰਦਾ ਕਿ ਮੈਨੂੰ ਗੁੱਸਾ ਆ ਰਿਹਾ ਹੁਣ ਚੀਜ਼ ਹਰ ਇੱਕ ਚੀਜ਼ ਦਾ ਨਾ, ਤਾਂ ਐਟਲੀਸਟ ਮੈਂ ਲਾਈਕ ਸ਼ੇਅਰ ਤਾਂ ਮੈਂ ਸ਼ੇਅਰ ਛੱਡੋ, ਮੈਂ ਲਾਈਕ ਦਾ ਡਿਜ਼ਰਵ ਬਿਲਕੁਲ ਕਰਦੀ ਹਾਂ, ਬਿਕੋਜ਼ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਕਰ ਰਹੀ ਹਾਂ ਨਾ PPTs 'ਤੇ ਹਰ ਇੱਕ ਚੀਜ਼ 'ਤੇ। ਹੁਣ ਤੁਸੀਂ ਦੇਖੋ ਵੀ ਤੁਸੀਂ ਕਰਨਾ ਹੈ ਜਾਂ ਨਹੀਂ ਕਰਨਾ ਹੈਗਾ, ਮੈਂ ਤਾਂ ਸਿਰਫ ਕਹਿ ਸਕਦੀ ਹਾਂ ਨਾ। ਤਾਂ ਹੁਣ ਚਲੋ ਕੁਐਸਚਨ ਨੰਬਰ 26, ਹੇਠ ਲਿਖੇ ਦਿਨਾਂ ਦੇ ਨਾਵਾਂ ਵਿੱਚੋਂ ਕਿਹੜਾ ਨਾਮ ਸ਼ੁੱਧ ਪੰਜਾਬੀ ਹੈ ਰਾਜੇ? ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਮੈਨੂੰ ਖੁਦ ਫੀਲ ਹੁੰਦਾ ਕਿ ਮੇਰੇ ਕੁਐਸਚਨਸ ਵਧੀਆ ਲੈਵਲ ਦੇ ਹੈਗੇ ਨੇ, ਬੇਕਾਰ ਮੇਰਾ ਇੱਕ ਵੀ ਕੁਐਸਚਨ ਨਹੀਂ ਹੈਗਾ ਐਂਡ ਤੁਹਾਨੂੰ ਇਹ ਵੀ ਪਤਾ ਵੀ ਇਰਰੈਲੇਵੈਂਟ ਚੀਜ਼ ਤਾਂ ਮੈਂ ਇੱਕ ਵੀ ਨਹੀਂ ਕਰਵਾਉਂਦੀ ਬੱਚੇ। ਤਾਂ ਦੇਖੋ ਗੁਰੂਵਾਰ ਹਿੰਦੀ ਦਾ ਵਰਡ ਆ, ਵੀਰਵਾਰ ਤਾਂ ਕੁਛ ਹੁੰਦਾ ਹੀ ਨਹੀਂ, ਵੀਰਵਾਰ ਤਾਂ ਕੁਛ ਹੁੰਦਾ ਹੀ ਨਹੀਂ, ਬ੍ਰਹਸਪਤੀਵਾਰ ਵੀ ਗਲਤ ਹੈ ਬੱਚੇ। ਤਾਂ ਆਪਸ਼ਨ ਨੰਬਰ ਕੀ ਆਏਗਾ ਆਪਣਾ? ਸੀ ਆਨਸਰ ਆਏਗਾ ਵੀਰਵਾਰ, ਹੈ ਨਾ। ਲੋ ਵੈਰੀ ਗੁੱਡ, ਇਹ ਤਾਂ ਹੁਣ ਗਲਤ ਹੋ ਹੀ ਨਹੀਂ ਸਕਦਾ। ਕੁਐਸਚਨ ਨੰਬਰ 27 ਬੱਚੇ, ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਦੱਸੋ ਰਾਜੇ ਆਪਣੀ ਕਿਹੜੀ ਉਪ ਭਾਸ਼ਾ ਹੈਗੀ ਹੈ? ਪੁਆਧੀ ਆ, ਦੁਆਬੀ ਆ, ਮਲਵਈ ਆ ਜਾਂ ਫਿਰ ਆਪਣੀ ਮਾਝੀ ਹੈ? ਇਹ ਤਾਂ ਮੈਂ ਟਕਸਾਲੀ ਤੁਹਾਨੂੰ ਦੱਸੀ ਆ ਨਾ, ਕੇਂਦਰੀ ਭਾਸ਼ਾ ਵੀ ਇਹੀ ਆ, ਆਪਣੀ ਟਕਸਾਲੀ ਵੀ ਇਹੀ ਹੋ ਗਈ ਹੈ ਨਾ, ਆਪਣੇ ਦਫ਼ਤਰਾਂ ਦੇ ਵਿੱਚ ਵੀ ਬੱਚੇ ਇਹੀ ਯੂਜ਼ ਹੁੰਦੀ ਆ। ਈਵਨ ਕਿ ਫਸਟ ਖਣੀ ਸੈਕੰਡ ਕਲਾਸ ਹੀ ਸੀ ਥਿਊਰੀ ਦੀ ਬੱਚੇ, ਜਦੋਂ ਮੈਂ ਤੁਹਾਨੂੰ ਸਾਰੀ ਚੀਜ਼ ਕਰਵਾਈ ਹੋਈ ਹੈ, ਹੈ ਨਾ ਕਾਕੇ। ਤਾਂ ਆਨਸਰ ਕਰੋ ਆਪਣਾ ਕਿਹੜਾ ਆਏਗਾ? ਸੋ ਈਜ਼ੀ ਕੁਐਸਚਨ ਆਪਣਾ, ਆਪਣੀ ਕਿਹੜੀ ਆਏਗੀ ਬੱਚੇ? ਆਪਣੀ ਮਾਝੀ ਆਏਗੀ, ਠੀਕ ਆ। ਹੁਣ ਇਹ ਵਾਲਾ ਕੁਐਸਚਨ ਨਾ ਗਲਤ ਕਰ ਦਿਓ, ਕੁਐਸਚਨ ਨੰਬਰ 28 ਨਾ ਗਲਤ ਹੋ ਜੇ, ਬਿਕੋਜ਼ ਕੱਲ੍ਹ ਹੀ 5 ਵਜੇ ਵਾਲੀ ਕਲਾਸ ਦੇ ਵਿੱਚ ਮੈਂ ਇਹ ਕੁਐਸਚਨ ਕਰਵਾ ਕੇ ਹਟੀ ਹਾਂ ਬੱਚੇ। ਤਾਂ ਸੋ ਆਨਸਰ ਗਲਤ ਨਹੀਂ ਹੋਣਾ ਚਾਹੀਦਾ। ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਸੀ? 28 ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ ਕਾਕੇ। ਆਨਸਰ ਕਰੋ ਬੱਚੇ ਨੈਕਸਟ ਕੁਐਸਚਨ ਦਾ।
ਪ੍ਰੋਪਰ ਲਿਖ ਦੋ ਨਾ। ਵੈਰੀ ਗੁੱਡ ਸਤਵਿੰਦਰ ਕੌਰ ਵੀਰੇ ਕੋ, ਵੈਰੀ ਗੁੱਡ ਬੱਚੇ ਰਮਨ ਪੁੰਨੀ, ਵੈਰੀ ਗੁੱਡ ਕਾਕੇ। 29 ਮਾਰਚ 1849, ਠੀਕ ਹੈ, 29 ਮਾਰਚ 1849। ਔਰ 98 ਲਾਈਕ ਹੋ ਗਏ, ਮਤਲਬ 100 ਲਾਈਕ ਤਾਂ ਕਰ ਦਿਓ ਪਲੀਜ਼, 100 ਤਾਂ ਕਰ ਦਿਓ। ਚਲੋ ਵੈਰੀ ਗੁੱਡ, ਤਾਂ ਆਪਸ਼ਨ ਨੰਬਰ ਆਪਣਾ ਕਿਹੜਾ ਆਏਗਾ? ਆਪਸ਼ਨ ਨੰਬਰ ਸੀ ਆਏਗਾ ਬੱਚੇ, 1849, ਠੀਕ ਹੈ ਕਾਕੇ। ਚਲੋ ਨੈਕਸਟ ਦੇਖੋ ਆਪਣਾ ਕੁਐਸਚਨ ਕਿਹੜਾ ਹੈਗਾ ਰਾਜੇ। ਹਾਂ, ਕੁਐਸਚਨ ਨੰਬਰ 29। ਐਕਚੁਅਲੀ ਮੈਨੂੰ PDF ਤੋਂ ਮੈਨੂੰ ਵਧੀਆ ਨਹੀਂ ਲੱਗਦਾ ਪੜ੍ਹਾਉਣਾ, ਮੈਨੂੰ ਜਦੋਂ ਮੈਂ PPT ਬਣਾਉਂਦੀ ਹਾਂ ਨਾ ਖੁਦ, ਤਾਂ ਮੈਨੂੰ ਉਹ ਜ਼ਿਆਦਾ ਵਧੀਆ ਲੱਗਦੀ ਹੈ PPT, ਹੁਣ ਇਹ PDF ਮੈਨੂੰ ਮਜ਼ਾ ਨਹੀਂ ਆ ਰਿਹਾ ਵੈਸੇ। ਚਲੋ ਬਟ ਫਿਰ ਵੀ ਆਪਾਂ ਕੁਐਸਚਨ ਵਧੀਆ ਕਰਾਂਗੇ, ਠੀਕ ਹੈ, ਟੈਨਸ਼ਨ ਨਾ ਲਿਓ। ਹੇਠ ਲਿਖਿਆ ਵਿੱਚੋਂ ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ? ਤਾਂ ਸੌਖਾ ਹੀ ਆ, ਰੱਖੜੀ ਹੋ ਗਈ, ਬਸੰਤ ਪੰਚਮੀ ਹੋ ਗਈ ਬੱਚੇ, ਆਪਣੀ ਲੋਹੜੀ ਹੋ ਗਈ, ਜਾਂ ਫਿਰ ਆਪਣੀ ਦੀਵਾਲੀ ਹੋ ਗਈ, ਠੀਕ ਹੈ। ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦੇ। 5 ਵਜੇ ਵਾਲੀ ਕਲਾਸ ਚ ਆਇਓ ਮੇਰੀ ਚ, ਫਿਰ ਮੈਂ ਚਲੋ ਤੁਹਾਨੂੰ PDF ਦੇ ਦੂੰਗੀ, ਠੀਕ ਹੈ, ਡਨ, ਮੇਰਾ ਪ੍ਰੋਮਿਸ ਆ ਤੁਹਾਡੇ ਨਾਲ। 5 ਵਜੇ ਵਾਲੀ ਮੇਰੀ ਕਲਾਸ ਚ ਆਇਓ, ਤੇ ਉੱਥੇ ਮੈਂ ਤੁਹਾਨੂੰ ਆਪਣੀਆਂ PDFs ਦੱਸ ਦੂੰਗੀ, ਮੈਂ ਕਿੱਥੇ ਪਾਉਂਗੀ PDF। ਖੁਸ਼ ਪੱਕਾ, ਹੁਣ ਤੁਹਾਨੂੰ ਪੱਕਾ PDF ਦੇ ਦੂੰਗੀ ਮੈਂ। ਚਲੋ ਆਨਸਰ ਕਰੋ ਰਾਜੇ, ਆਪਣਾ ਦੀਵਾਲੀ ਆਏਗਾ, ਤਾਂ ਆਨਸਰ ਕੀ ਆਏਗਾ? ਆਪਣਾ ਦੀਵਾਲੀ ਆਏਗਾ ਨਾ। 30 ਕਰੋ ਬੱਚੇ। ਸ਼੍ਰੀ ਗੁਰੂ ਗੋਬਿੰਦ ਸਿੰਘ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1686 ਈਸਵੀ ਵਿੱਚ ਕਿਸ ਸਥਾਨ ਤੇ ਪਹਾੜੀ ਰਾਜਿਆਂ ਨਾਲ ਯੁੱਧ ਕੀਤਾ ਸੀ? ਸੌਖਾ ਹੀ ਆ ਬੱਚੇ, ਨਦੌਨ ਦੇ, ਆਪਣੀ ਭੰਗਾਣੀ ਹੋ ਗਈ, ਸਰਸਾ ਹੋ ਗਈ, ਜਾਂ ਫਿਰ ਚਮਕੌਰ ਦੀ ਧਰਤੀ ਹੋ ਗਈ ਬੱਚੇ? ਆਨਸਰ ਕਰੋ ਆਪਣਾ ਨੈਕਸਟ ਕੁਐਸਚਨ ਦਾ। ਕੁਐਸਚਨ ਨੰਬਰ 30 ਦਾ ਆਨਸਰ ਕਰੋ ਕਾਕੇ ਆਪਣਾ ਕੀ ਆਏਗਾ? ਦੇਖੋ 1686 ਆ ਨਾ, ਬਟ ਆਪਾਂ 1686 ਦਾ ਨਹੀਂ ਪਿਆ। ਦੇਖੋ ਮੈਂ ਤੁਹਾਨੂੰ ਪ੍ਰੀ ਖਾਲਸਾ ਬੈਟਲ ਤੇ ਬੱਚੇ ਪੋਸਟ ਖਾਲਸਾ ਬੈਟਲ ਨਾ, ਮੈਂ ਤੁਹਾਨੂੰ ਦੋਨੋਂ ਕਰਵਾਈਆਂ ਹੋਈਆਂ ਹੈਗੀਆਂ ਨੇ। ਐਂ ਜੋ ਆਪਣੀ ਪ੍ਰੀ ਖਾਲਸਾ ਬੈਟਲ ਨਾ, ਉੱਥੇ ਦੋ ਬੈਟਲਸ ਹੈਗੀਆਂ, 1688 ਤੇ 1690, ਬੈਟਲ ਆਫ ਭੰਗਾਣੀ ਤੇ ਬੈਟਲ ਆਫ ਨਦੌਨ। ਹੁਣ ਦੇਖੋ 86 ਦੇ ਨੀਅਰ ਬੱਚੇ ਆਪਣਾ ਹੈਗਾ ਕਿਹੜਾ? ਬਿਲਕੁਲ ਆਪਣੀ ਭੰਗਾਣੀ ਦਾ ਸਥਾਨ ਹੈਗਾ ਨਾ, ਤਾਂ ਬੈਟਲ ਆਫ ਭੰਗਾਣੀ ਹੋਈ ਸੀ, ਆਪਸ਼ਨ ਨੰਬਰ ਸੀ ਆਨਸਰ ਆਏਗਾ ਰਾਜੇ। ਹੁਣ ਨੈਕਸਟ ਦੱਸੋ ਰਾਜੇ, 31 ਦਾ ਕਿਹੜਾ ਸ਼ਬਦ ਇਕਰਾਰ ਦਾ ਸਮਾਨਾਰਥੀ ਨਹੀਂ ਮੰਨਿਆ ਗਿਆ ਹੈ ਬੱਚੇ? ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਕੁਐਸਚਨ ਨੰਬਰ 31 ਦਾ ਆਨਸਰ ਕਰੋ ਰਾਜੇ, ਕਿਹੜਾ ਨਹੀਂ ਹੈ ਰਾਜੇ? ਤਾਂ ਬਹੁਤ ਸੌਖਾ ਹੈਗਾ ਰਾਜੇ, ਦੇਖੋ ਇਕਰਾਰ ਕਰਨਾ, ਹੁਣ ਜਿੱਦਾਂ ਮੈਂ ਤੁਹਾਡੇ ਨਾਲ ਇਕਰਾਰ ਕਰਤਾ ਨਾ, ਮੈਂ ਤੁਹਾਡੇ ਨਾਲ ਕਾਲ ਕਰਤੀ ਵੀ ਮੈਂ ਤੁਹਾਨੂੰ PDF ਚੱਲ ਦੇ ਦੂੰਗੀ, ਹੈ ਨਾ, ਮੈਂ ਤੁਹਾਡੇ ਨਾਲ ਕਾਲ ਕਰਤਾ, ਇਹ ਚੀਜ਼ ਮੈਂ ਪ੍ਰਣ ਲੈ ਲਿਆ ਵੀ ਅੱਜ ਤੋਂ ਮੈਂ, ਹਾਂ ਤੁਸੀਂ ਪ੍ਰਣ ਲਓ ਅੱਜ ਤੋਂ, ਕਿ ਅੱਜ ਤੋਂ ਬਾਅਦ ਤੁਸੀਂ ਮੇਰੀ ਕਲਾਸ ਲਾਈਕ ਸ਼ੇਅਰ ਜ਼ਰੂਰ ਕਰਨੀ ਹੈਗੀ ਹਰ ਇੱਕ ਬੱਚੇ ਨੇ, ਠੀਕ ਹੈ ਬੱਚੇ। ਕਾਲ ਹੋ ਗਿਆ ਆਪਣਾ, ਪ੍ਰਣ ਹੋ ਗਿਆ ਆਪਣਾ, ਹੈ ਨਾ, ਆਪਣੀ ਪ੍ਰਤਿਗਿਆ, ਤਿੰਨੋਂ ਸਮਾਨਾਰਥੀ ਹੈਗੇ ਨੇ, ਬਟ ਇਸਰਾਰ ਕੀ ਹੋ ਗਿਆ? ਇਸਰਾਰ ਤਾਂ ਕੁਛ ਨਥਿੰਗ ਬੱਚੇ, ਕੋਈ ਮਤਲਬ ਹੀ ਨਹੀਂ ਹੈ ਇਸ ਚੀਜ਼ ਦਾ, ਤਾਂ ਆਪਸ਼ਨ ਨੰਬਰ ਉੜਾਏਗਾ। ਹੇਠ ਦਿੱਤੇ ਖਾਣਾ ਵਿੱਚੋਂ ਕਿਹੜਾ ਸਹੀ ਆ ਬੱਚੇ? ਹੁਣ ਦੱਸੋ, ਅਖਾਣ ਚੂਸ ਕਰੋ, 32 ਦਾ ਆਨਸਰ ਕੀ ਆਏਗਾ ਬੱਚੇ? ਤੇ ਮੈਨੂੰ ਐਂਡ ਤੇ ਹਰ ਇੱਕ ਬੱਚੇ ਨੇ ਰਾਜੇ ਆਪਦੇ ਮਾਰਕਸ ਦੱਸਣੇ ਹੈਗੇ ਵੀ ਪੰਜਾਬੀ 'ਚ ਤੁਹਾਡੇ ਕਿੰਨੇ ਮਾਰਕਸ ਬਣ ਰਹੇ ਨੇ, ਕਲੀਅਰ ਕਰਕੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। 32 ਦਾ ਆਨਸਰ ਕਰੋ ਬੱਚੇ। ਇੱਕ ਚੀਜ਼ ਮੈਨੂੰ ਹੋਰ ਦੱਸ ਦਿਓ, 2 ਵਜੇ ਆਪਾਂ ਕੁਐਸਚਨ 50 ਰੱਖੀਏ ਜਾਂ ਫਿਰ ਆਪਾਂ 30 ਕੁਐਸਚਨ ਰੱਖੀਏ ਜਾਂ 25 ਰੱਖੀਏ ਬੱਚੇ? ਦੱਸੋ, ਹੁਣ ਮੈਂ ਸੋਚ ਰਹੀ ਹਾਂ ਵੀ ਕੀ ਕਰੀਏ ਆਪਾਂ, ਵੀ 50 ਕੁਐਸਚਨ ਦਾ ਟੈਸਟ ਰੱਖੀਏ 2 ਵਜੇ,
ਜਾਂ ਫਿਰ ਆਪਾਂ 25 ਦਾ ਰੱਖੀਏ ਜਾਂ 30 ਦਾ, ਮੈਨੂੰ ਥੋੜਾ ਜਿਹਾ ਦੱਸ ਦਿਓ। ਠੀਕ ਹੈ ਰਾਜੇ, ਤੇ ਤਾਂ ਸੌਖਾ ਹੀ ਹੈ ਨਾ, ਅੰਮਾ ਨਾਲੋਂ ਧੀ ਸਿਆਣੀ ਰਿੱਧੇ ਪੱਕੇ ਪਾਏ ਪਾਣੀ। ਠੀਕ ਆ, ਅੰਮਾ ਨਾਲੋਂ ਧੀ ਸਿਆਣੀ ਰਿੱਧੇ ਪੱਕੇ ਪਾਏ ਪਾਣੀ, ਆਪਸ਼ਨ ਨੰਬਰ ਕੀ ਆਏਗਾ ਰਾਜੇ? ਆਪਣਾ ਸੱਸਾ ਆਂਸਰ ਆਏਗਾ, ਮਤਲਬ ਡੀ ਆਏਗਾ। ਨੈਕਸਟ ਦੱਸੋ ਰਾਜੇ, ਲੋਕ ਵਿਹਲੇ ਹੀ ਹੁੰਦੇ ਹਨ ਜਿਹੜੇ, ਇਹਨਾਂ ਚ ਆਪਾਂ ਚੁਣਨਾ ਕੀ ਹੈਗਾ ਰਾਜੇ? ਪੜਨਾਮ ਵਜੋਂ। ਹਾਂ ਰਾਜੇ, ਹੁਣ ਦੱਸੋ ਇਹਨਾਂ ਚ ਆਪਣੇ 33 ਦਾ ਆਂਸਰ ਕੀ ਹੈ ਰਾਜੇ? ਦੱਸੋ ਇਹਨਾਂ ਦੇ ਵਿੱਚੋਂ ਕਿਹੜੇ ਆਪਣੇ ਪੜਨਾਮ ਹੈਗੇ ਨੇ? ਪੜਨਾਮ ਦੱਸੋ ਰਾਜੇ ਆਪਣੇ ਕਿਹੜੇ ਹੈਗੇ ਨੇ ਇਸਦੇ ਵਿੱਚੋਂ, ਤਾਂ ਆਂਸਰ ਕਰੋ ਆਂਸਰ ਕਿਉਂਕਿ ਫਾਸਟ 30-50, ਵੈਸੇ 50 ਜ਼ਿਆਦਾ ਕਹਿ ਰਹੇ ਹੋ ਨਾ, ਕਿਆ ਬਾਤ ਹੈ? ਸੁਖਿੰਦਰ ਸਿੰਘ ਕਹਿੰਦੇ ਮਿਡਲ 'ਚ ਆ ਰਹੀਏ, 33 ਕਹਿ ਦਈਏ ਆਪਾਂ, ਬਟ ਮੈਂ ਦੇਖਦੀ ਹਾਂ ਬਿਕੋਜ਼ ਅੱਜ ਕੱਲ੍ਹ ਮੈਂ ਆਪਣਾ ਵੀ ਪੜ੍ਹਨਾ ਹੁੰਦਾ ਹੈਗਾ ਨਾ ਥੋੜ੍ਹਾ ਜਿਹਾ, ਅਤੇ ਬਿਕੋਜ਼ ਮੇਰਾ ਕਰੰਟ ਬਹੁਤ ਬਹੁਤ ਪਿੱਛੇ ਚਲਾ ਗਿਆ ਮੇਰਾ ਕਰੰਟ, ਅਤੇ ਦੇਖਦੀ ਹਾਂ ਮੈਂ ਦੇਖਦੀ ਹਾਂ ਆਪਾਂ ਕਿੰਨੇ ਕੁਸ਼ਚਨ ਰੱਖ ਰਹੀ ਹਾਂ ਮੈਂ ਇੱਕ ਵਾਰ। ਠੀਕ ਆ, ਤਾਂ ਆਪਣਾ ਆਂਸਰ ਕਰੋ ਕਰਕੇ ਕੀ ਆਏਗਾ 33 ਦਾ ਆਪਣਾ ਕੀ ਆਏਗਾ? ਵਿਰਲੇ ਜਿਹੜੇ ਤੇ ਕਿਸੇ, ਹੈ ਨਾ, ਵਿਰਲੇ ਜਿਹੜੇ ਤੇ ਕਿਸੇ, ਇਹ ਸਾਰੇ ਹੀ ਵਰਡ ਕੀ ਹੈਗੇ ਆ ਬੱਚੇ? ਆਪਣੇ ਪੜਨਾਮ ਹੈਗੇ ਨੇ, ਆਪਸ਼ਨ ਨੰਬਰ ਸੱਸਾ ਆਏਗਾ ਬੱਚੇ, ਗਲਤ ਕਰ ਰਹੇ ਹੋ ਤੁਸੀਂ, ਡੀ ਆਂਸਰ ਆਏਗਾ ਰਾਜੇ ਇਸਦਾ। ਠੀਕ ਆ, ਹੋਰ ਦੱਸੋ ਰਾਜੇ ਕਿਹੜੇ ਸ਼ਬਦ ਦੀ ਵਰਤੋਂ ਕਿਸੇ ਸ਼ਬਦ ਦੇ ਨਾਂਵਾਦੀ ਅਰਥਾਂ ਨੂੰ ਨਹੀਂ ਪ੍ਰਗਟਾਉਂਦੀ? ਵੈਸੇ 34 ਮੈਨੂੰ ਆਉਂਦਾ ਨਹੀਂ, 34 ਮੈਨੂੰ ਆਉਂਦਾ ਨਹੀਂ ਹੈਗਾ, ਇਹ ਬਿਲਕੁਲ ਸੱਚ ਆ। ਫਿਰ ਤੁਸੀਂ ਦੱਸ ਦਿਓ ਮੈਨੂੰ ਇਸਦਾ ਆਂਸਰ ਕੀ ਆਏਗਾ ਬੱਚੇ? 34 ਦਾ ਆਂਸਰ ਮੈਂ ਨਹੀਂ ਕਰੂੰਗੀ, ਸੀਰੀਅਸਲੀ ਮੈਨੂੰ ਨਹੀਂ ਪਤਾ। ਕਿਹੜੇ ਅਗੇਤਰ ਦੀ ਵਰਤੋਂ ਕਿਸੇ ਸ਼ਬਦ ਦੇ ਨਾਂਵਾਦੀ ਅਰਥਾਂ ਨੂੰ ਨਹੀਂ ਪ੍ਰਗਟਾਉਂਦੀ? ਨਹੀਂ ਪ੍ਰਗਟਾਉਂਦੀ ਬੱਚੇ, ਆਂਸਰ ਕਰੋ। ਕੁਐਸਚਨ ਨੰਬਰ 34 ਦਾ ਆਂਸਰ ਕਰੋ ਬੱਚੇ, ਕੀ ਆਏਗਾ? ਕੁਐਸਚਨ ਨੰਬਰ 34 ਦਾ ਆਂਸਰ ਕਰੋ ਬੱਚੇ, ਆਪਣਾ ਕੀ ਆਏਗਾ? ਕੁਐਸਚਨ ਨੰਬਰ 34 ਆਂਸਰ ਕਰੋ। ਮੈਂ ਸਕਿਪ ਕਰ ਰਹੀ ਹਾਂ, ਜਦੋਂ ਮੈਂ ਅੱਗੇ ਕਰਵਾਉਂਗੀ ਨਾ, ਅੱਗੇ 2 ਵਜੇ ਵਾਲੀ ਹੁਣ ਟੈਸਟ, ਉਦੋਂ ਮੈਂ ਕੁਐਸਚਨ ਰੱਖੂੰਗੀ, ਫਿਲਹਾਲ ਦੀ ਘੜੀ ਮੈਂ ਸਕਿਪ ਕਰ ਰਹੀ ਹਾਂ ਬੱਚੇ। ਹੁਣ ਨੈਕਸਟ ਦੱਸੋ, ਮਾਲੀ ਨੇ ਬਗੀਚੇ ਵਿੱਚੋਂ ਫੁੱਲ ਤੋੜਿਆ ਤਾਂ ਕੀ ਬਣੂਗਾ ਇਹਦਾ ਰਾਜੇ? ਆਂਸਰ ਕਰੋ, ਮਾਲੀ ਨੇ ਬਗੀਚੇ ਵਿੱਚੋਂ ਫੁੱਲ ਤੋੜਿਆ ਬੱਚੇ, ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਕੁਐਸਚਨ ਨੰਬਰ 35 ਦਾ ਆਂਸਰ ਕਰੋ ਰਾਜੇ, ਜਲਦੀ ਆਂਸਰ ਕਰੋ, ਬਸ ਥੋੜ੍ਹਾ ਹੀ ਰਹਿ ਗਿਆ ਆਪਣਾ, ਕਿਉਂਕਿ ਫਾਸਟ ਕਰੋ ਆਂਸਰ। ਕੀ ਆਏਗਾ ਬੱਚੇ? ਮਾਲਣ ਨੇ ਬਗੀਚੀ ਦਾ ਬਗੀਚਾ ਆਏਗਾ ਨਾ, ਬਾਗ ਦਾ ਆਏਗਾ ਨੀ, ਇਹ ਵੀ ਗਲਤ ਹੋ ਗਿਆ, ਸੀ ਵੀ ਗਲਤ ਹੋ ਗਿਆ। ਤਾਂ ਮਾਲਣ ਨੇ ਬਗੀਚੇ ਵਿੱਚੋਂ ਫੁੱਲ ਤੋੜਿਆ ਨਾ, ਆਪਸ਼ਨ ਨੰਬਰ ਬੀ ਆਏਗਾ ਬੱਚੇ, ਆਂਸਰ ਕੀ ਆਏਗਾ ਆਪਣਾ? ਬੀ ਆਏਗਾ, ਕਲੀਅਰ ਰਾਜੇ? ਚਲੋ ਜੀ ਨੈਕਸਟ ਕੁਐਸਚਨ ਦੇਖੋ ਆਪਣਾ, ਨੈਕਸਟ ਕੀ ਹੈਗਾ ਰਾਜੇ? ਲਓ ਦੱਸੋ ਸਹੀ ਵਿਸ਼ਰਾਮ ਚਿੰਨ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਆਪਣੇ ਕੋਲ ਵਿਸ਼ਰਾਮ ਚਿੰਨ੍ਹ ਦੇ ਕਿੰਨੇ ਕੁਐਸਚਨਸ ਆ ਗਏ ਨਾ, ਇਟ ਮੀਨਸ ਵਿਸ਼ਰਾਮ ਚਿੰਨ੍ਹ ਬਹੁਤ ਇੰਪੋਰਟੈਂਟ ਹੈਗਾ ਬੱਚੇ। ਤਾਂ ਦੱਸੋ ਰਾਜੇ ਕਿਹੜਾ ਵਿਸ਼ਰਾਮ ਚਿੰਨ੍ਹ ਬੱਚੇ ਸਹੀ ਹੈਗਾ ਇਹਦੇ ਵਿੱਚੋਂ? ਵਾਹ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ, ਵਾਹ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ, ਕਿਹੜਾ ਸਹੀ ਹੈ ਬੱਚੇ ਆਂਸਰ ਕਰੋ।
ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ, ਕੁਐਸਚਨ ਨੰਬਰ 36 ਦਾ ਆਨਸਰ ਕਰੋ ਰਾਜੇ ਆਪਣਾ ਕੀ ਆਏਗਾ। ਪਵਨ ਟਿਕ ਜਾ, ਪਵਨ ਟਿਕ ਜਾ, ਮੈਂ ਬਲੌਕ ਕਰ ਦੇਣਾ, ਕੋਈ ਫਾਇਦਾ। ਵਾਹ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ। ਦੇਖੋ ਆਪਣਾ ਇਹ ਦੋਨੋਂ ਸਹੀ ਆ ਨਾ, ਆੜਾ ਵੀ ਸਹੀ ਆ ਤੇ ਈੜੀ ਵੀ ਸਹੀ ਆ, ਆ ਤਾਂ ਬੱਚੇ ਦੋਨੋਂ ਗਲਤ ਹੈਗੇ ਨੇ। ਦੇਖੋ ਸਾਰਾ ਸੇਮ ਟੂ ਸੇਮ ਹੈਗਾ ਤਾਂ ਆਪਸ਼ਨ ਨੰਬਰ ਦੋਨੋਂ ਆਣਗੇ ਬੱਚੇ, ਦੋਨੋਂ ਆਣਗੇ। ਕੌਨ ਸੇਮ ਸੇਮ ਲਾਈਨ ਆ ਲਿਖੀ ਹੋਈ ਹੈ ਬੱਚੇ, ਸੇਮ ਲਾਈਨ ਹੀ ਆ ਲਿਖੀ ਹੋਈ ਆ ਤੇ ਦੋਨੋਂ ਸਹੀ ਹੈਗੇ ਨੇ ਆਪਣੇ, ਠੀਕ ਆ। ਬੀ ਡੀ ਆਏਗਾ, ਵੈਰੀ ਗੁੱਡ, ਜਿਨ੍ਹਾਂ ਨੇ ਬੀ ਡੀ ਕੀਤਾ ਰਾਜੇ। ਹੁਣ ਲਓ ਨੈਕਸਟ ਕਰੋ, ਸਟੂਡੈਂਟਸ ਵਾਰ ਟਾਕਿੰਗ ਵੈਰੀ ਲਾਊਡਲੀ, ਹੁਣ ਕਰੋ ਰਾਜੇ ਆਨਸਰ। ਸਟੂਡੈਂਟਸ ਵਾਰ ਟਾਕਿੰਗ ਵੈਰੀ ਲਾਊਡਲੀ, ਆਨਸਰ ਕਰੋ ਕਾਕੀ ਆਪਣਾ ਕੀ ਆਏਗਾ ਨੈਕਸਟ ਕੁਐਸਚਨ ਦਾ। ਹਾਂਜੀ ਹਾਂਜੀ, ਬੀ ਡੀ ਬਹੁਤ ਕੀਤਾ, ਵੈਰੀ ਗੁੱਡ ਜਿਨ੍ਹਾਂ ਨੇ ਆਨਸਰ। ਆਨਸਰ ਕਰੋ ਬੱਚੇ, ਸਟੂਡੈਂਟਸ ਵਾਰ ਟਾਕਿੰਗ ਵੈਰੀ ਲਾਊਡਲੀ। ਸਟੂਡੈਂਟਸ ਵਰ ਮੀਨਸ ਪਾਸਟ ਦੇ ਵਿੱਚ ਚਲਾ ਗਿਆ ਬੱਚੇ, ਠੀਕ ਆ। ਸਟੂਡੈਂਟ ਮੀਨਸ ਵਰ ਮੀਨਸ ਪਾਸਟ ਦੇ ਵਿੱਚ ਚਲਾ ਗਿਆ, ਤਾਂ ਦੱਸੋ ਰਾਜੇ ਆਪਣਾ ਕੀ ਆਏਗਾ ਆਨਸਰ। ਸਟੂਡੈਂਟਸ ਮੀਨਸ ਵਿਦਿਆਰਥੀ, ਬਹੁਤ ਉੱਚੀ ਗੱਲਾਂ ਕਰ ਰਹੇ ਸਨ। ਸੀ ਕੌਣ ਕਰ ਰਿਹਾ ਆਨਸਰ ਬਈ, ਵਾਏ ਬੱਚੇ, ਸੀ ਕਿਉਂ ਆਏਗਾ, ਸ਼ੋਰ ਕਿਉਂ ਆਏਗਾ। ਟਾਕਿੰਗ, ਟਾਕ ਕੀ ਹੁੰਦਾ ਹੈਗਾ, ਗੱਲ ਕਰਨੀ ਹੁੰਦੀ ਹੈ, ਨਾ ਕਿ ਸ਼ੋਰ ਪਾਉਣਾ ਹੁੰਦਾ ਬੱਚੇ, ਠੀਕ ਆ। ਤੁਸੀਂ ਗਲਤ ਕਰ ਰਹੇ ਹੋ, 37 ਦਾ ਆਪਣਾ ਆਨਸਰ। ਵਿਦਿਆਰਥੀਆਂ ਨੇ ਬਹੁਤ ਉੱਚੀ ਗੱਲਾਂ ਕੀਤੀਆਂ ਸਨ ਬੱਚੇ, ਕਿਉਂ ਆਏਗਾ, ਵਾਸ ਵਾਰ ਲੱਗਿਆ ਹੋਇਆ ਐਂਡ ਟਾਕਿੰਗ ਆਈ ਐਨ ਜੀ ਲੱਗੀ ਹੋਈ ਹੈ ਬੱਚੇ। ਗੱਲਾਂ ਕੀਤੀਆਂ ਸਨ, ਕੀਤੀਆਂ ਸਨ ਦਾ ਮਤਲਬ ਕੀ, ਗੱਲਾਂ ਆਲਰੇਡੀ ਉਹ ਕਰ ਚੁੱਕੇ ਆ ਬੱਚੇ। ਆਈ ਐਨ ਜੀ ਲੱਗਿਆ ਮੀਨਸ ਹਲੇ ਵੀ ਚੀਜ਼ ਚੱਲ ਰਹੀ ਹੈ, ਠੀਕ ਆ। ਤਾਂ ਵਿਦਿਆਰਥੀ ਬਹੁਤ ਉੱਚੀ ਗੱਲਾਂ ਕਰ ਰਹੇ ਹਨ, ਮੀਨਸ ਹਲੇ ਵੀ ਉਹ ਗੱਲਾਂ ਕਰ ਰਹੇ ਆ, ਮੀਨਸ ਕਰ ਚੁੱਕੇ ਨਹੀਂ ਆ ਬੱਚੇ। ਤਾਂ ਆਪਸ਼ਨ ਨੰਬਰ ਏ ਆਨਸਰ ਆਏਗਾ, ਕੌਜ ਵਰ ਟਾਕਿੰਗ ਆ ਗਿਆ ਨਾ, ਵਰ ਵਾਸ ਵਰ ਪਲੱਸ ਆਈ ਐਨ ਜੀ ਆ ਬੱਚੇ, ਤਾਂ ਤੁਸੀਂ ਆਪ ਸੋਚੋ ਪਾਸਟ ਸੈਂਟੈਂਸ ਹੈਗਾ ਆਪਣਾ। ਚਲੋ ਨੈਕਸਟ ਦੇਖੋ ਆਪਣਾ, ਨਿਮਨਲਿਖਤ ਵਾਕਾਂ ਵਿੱਚੋਂ ਅੰਕ ਮਹੀਨੇ ਤੇ ਦਿਨਾਂ ਦੇ ਸ਼ੁੱਧ ਰੂਪ ਵਾਲੇ ਵਾਕ ਦੀ ਪਹਿਚਾਣ ਕਰੋ। ਲਓ ਰਾਜੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ, ਕੁਐਸਚਨ ਨੰਬਰ 38 ਦਾ ਦੱਸੋ ਰਾਜੇ ਆਪਣਾ ਕਿਹੜਾ ਸਹੀ ਹੈ, ਕੁਐਸਚਨ ਨੰਬਰ 38 ਦੱਸੋ ਰਾਜੇ। ਚਲੋ ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ। ਦੇਖੋ ਫਸਟ ਸਟੇਟਮੈਂਟ ਕੀ ਹੈ, ਦੇਖੋ ਸਤੰਬਰ ਆਪਣਾ ਗਲਤ ਪਿਆ ਹੋਇਆ ਨਾ, ਤਾਂ ਫਸਟ ਸਟੇਟਮੈਂਟ ਹੋ ਗਈ ਬੱਚੇ ਆਪਣੀ ਗਲਤ। ਸੈਕੰਡ ਦੇਖੋ 18 ਨਹੀਂ ਹੁੰਦਾ, 18 ਹੁੰਦਾ ਬੱਚੇ, ਆੜਾ ਵੀ ਆਏਗਾ ਤਾਂ ਸੈਕੰਡ ਸਟੇਟਮੈਂਟ ਵੀ ਬੱਚੇ ਆਪਣੀ ਗਲਤ ਹੋ ਗਈ। ਫਿਰ ਦੇਖੋ ਰਵੀਵਾਰ ਥੋੜੀ ਨਾ ਹੁੰਦਾ, ਰਵੀਵਾਰ ਕਿਉਂ ਹੁੰਦਾ, ਆਪਣਾ ਐਤਵਾਰ ਹੁੰਦਾ ਹੈਗਾ ਬੱਚੇ, ਤਾਂ ਆਪਣੀ ਇਹ ਵਾਲੀ ਸਟੇਟਮੈਂਟ ਵੀ ਗਲਤ ਹੋ ਗਈ। ਇਟ ਮੀਨਸ ਸਿਰਫ ਇੱਕ ਹੀ ਆਪਸ਼ਨ ਰਹਿ ਗਈ ਸੀ ਆਪਣਾ, ਡੀ ਸੋਰੀ। ਗੁਰਜੀਤ ਦਾ ਵਿਆਹ 29 ਦਸੰਬਰ ਦਿਨ ਸ਼ਨੀਚਰਵਾਰ ਨੂੰ ਹੋਇਆ ਸੀ, ਤਾਂ ਆਪਸ਼ਨ ਨੰਬਰ ਡੀ ਆਏਗਾ, ਜਿਨ੍ਹਾਂ ਨੇ ਆਨਸਰ ਡੀ ਕੀਤਾ। ਵੈਰੀ ਗੁੱਡ ਬੱਚੇ, ਆ ਤਾਂ ਮੈਂ ਉਪਬੋਲੀਆਂ ਤਾਂ ਮੈਂ ਸਾਰੀਆਂ ਹੀ ਲਿਖਵਾਈਆਂ ਹੋਈਆਂ ਨੇ ਬੱਚੇ। ਪੰਜਾਬੀ ਦੀ ਪੁਆਧੀ ਉਪਬੋਲੀ ਦਾ ਇਲਾਕਾ ਕਿਹੜਾ ਹੈ, ਸੋ ਈਜ਼ੀ ਕੁਐਸਚਨ, ਗਲਤ ਹੋ ਹੀ ਨਹੀਂ ਸਕਦਾ ਹੈਗਾ ਬੱਚੇ। ਦੇਖੋ ਇਹ ਮੈਂ ਤੁਹਾਨੂੰ ਸਮਝਾਇਆ ਸੀ ਨਾ, ਉਪਭਾਸ਼ਾਵਾਂ ਮੈਂ ਤੁਹਾਨੂੰ ਕਰਵਾਈਆਂ ਸੀਗੀਆਂ,
ਪੁਆਧੀ ਦਾ ਮਤਲਬ ਕੀ ਹੁੰਦਾ ਹੈਗਾ? ਪਹਾੜਾਂ ਦੇ ਪੈਰਾਂ ਵਾਲਾ ਇਲਾਕਾ ਨਾ, ਵੀ ਜਿਹੜਾ ਪਹਾੜਾਂ ਦੇ ਪੈਰ ਦੇ ਵਿੱਚ ਇਲਾਕਾ ਗਿਆ ਬੱਚੇ, ਉਹ ਆਪਣਾ ਕਿਹੜਾ ਹੁੰਦਾ ਹੈਗਾ? ਪੁਆਧੀ। ਟੈਨਸ਼ਨ ਨਾ ਲਓ, ਦੁਬਾਰਾ ਫਿਰ ਤੋਂ ਸਾਰੀ ਥਿਊਰੀ ਰਿਪੀਟ ਕਰਵਾਓਗੀ, ਠੀਕ ਹੈ, ਕੁਐਸਚਨਸ ਦੇ ਥਰੂ ਰਾਜੀ। ਤਾਂ ਫਿਰ ਆਪਾਂ ਨੂੰ ਪਤਾ ਹੀ ਆ ਹੁਣ ਪਹਾੜ ਕਿੱਥੇ ਹੈਗੇ ਨੇ, ਓਬਵੀਅਸ ਜੀ ਗੱਲ, ਆ ਰਿਹਾ ਆਪਣਾ ਰੋਪੜ, ਬਿਲਕੁਲ ਆ ਰਿਹਾ ਰੋਪੜ, ਇੱਥੇ ਸਾਹਮਣੇ ਪਹਾੜ ਦਿਖਦੇ ਨੇ। ਤਾਂ ਬਸ ਸਿੰਪਲ ਰੋਪੜ ਯਾਦ ਰੱਖੋ, ਆਪਣਾ ਆਪਸ਼ਨ ਨੰਬਰ ਏ ਆਏਗਾ। ਜਰਗ ਦਾ ਮੇਲਾ ਕਿਸ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਬੱਚੇ? ਕੁਐਸਚਨ ਨੰਬਰ 40 ਦਾ ਆਨਸਰ ਕਰੋ, 40 ਦਾ ਆਨਸਰ ਕਰੋ ਬੱਚੇ, ਕੀ ਆਏਗਾ? 40 ਦਾ ਆਨਸਰ ਕਰੋ ਬੱਚੇ, 40 ਦਾ, 40 ਦਾ ਕੀ ਆਏਗਾ ਬੱਚੇ? ਆਪਣਾ ਗੁੱਗਾ ਪੀਰ ਹੋ ਗਿਆ, ਸ਼ੀਤਲਾ ਮਾਤਾ, ਭੇਰਵੀ ਮਾਈ ਜਾਂ ਫਿਰ ਸਾਂਝੀ ਮਾਈ, ਆਨਸਰ ਕਰੋ 40 ਦਾ। ਆਨਸਰ ਕੀ ਕਰ ਰਹੇ ਹੋ? 40 ਦਾ ਆਨਸਰ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ ਬੱਚੇ। ਆਨਸਰ ਕਰੋ ਬੱਚੇ 40 ਦਾ। ਗੁੱਗਾ ਪੀਰ ਕੌਣ ਆਨਸਰ ਕਰ ਰਿਹਾ? ਗੁੱਗਾ ਪੀਰ ਕਿਉਂ ਆਏਗਾ ਬੱਚੇ? ਆਪਣੇ ਸੀਤਲਾ ਮਾਤਾ ਦੀ ਯਾਦ ਵਿੱਚ ਰਲਦਾ ਹੈਗਾ ਜਰਗ ਦਾ ਮੇਲਾ, ਕਿਆ ਬਾਤ, ਆਨਸਰ ਗਲਤ ਕਰ ਰਹੇ ਹੋ, ਆਪਸ਼ਨ ਨੰਬਰ ਸੀ ਆਏਗਾ, ਠੀਕ ਆ। ਨੈਕਸਟ ਦੱਸੋ ਰਾਜੇ ਆਪਣੇ ਵੈਰੀ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਬੱਚੇ, ਦੱਸੋ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਰਕੇ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਈਜ਼ੀ ਆ ਬੱਚੇ, ਬਹੁਤ ਹੀ ਈਜ਼ੀ ਆ। ਦੇਖੋ ਟੋਟਲ ਰਾਗ ਕਿੰਨੇ ਹੈਗੇ ਆਪਣੇ? 31 ਰਾਗ ਹੈਗੇ ਨਾ, ਬਟ ਜਿਹੜੇ 30 ਰਾਗ ਹੈਗੇ ਨਾ ਬੱਚੇ, 30 ਰਾਗਾਂ ਆਪਣੇ ਗੁਰੂ ਰਾਮਦਾਸ ਜੀ ਆਏਗਾ। ਤਾਂ ਆਪਸ਼ਨ ਨੰਬਰ ਸੀ ਆਨਸਰ ਆਏਗਾ। ਵੈਰੀ ਗੁੱਡ ਬੱਚੇ ਜਿਨ੍ਹਾਂ ਨੇ ਆਨਸਰ ਸੀ ਕੀਤਾ। ਹੁਣ ਦੱਸੋ ਰਾਏ, ਨਸ਼ਰ ਕਰਨਾ, ਨਸ਼ਰ ਕਰਨਾ ਦਾ ਮਤਲਬ ਕੀ ਹੈ? ਆਪਣੀ ਛੱਜ ਵਿੱਚ ਪਾ ਕੇ ਛੱਟਣਾ, ਜੱਖਣਾ ਪੱਟਣੀ, ਜਾਂ ਫਿਰ ਸੁੱਤੀਆਂ ਕਲਾ ਜਗਾਉਣੀਆਂ, ਜਾਂ ਫਿਰ ਘਰ ਫੂਕ ਤਮਾਸ਼ਾ ਵੇਖਣਾ। ਆਨਸਰ ਕਰੋ ਰਾਜੇ ਆਪਣੇ ਨੈਕਸਟ ਕੁਐਸਚਨ, ਆਨਸਰ ਕੀ ਆਏਗਾ 42 ਦਾ? ਕੁਐਸਚਨ ਨੰਬਰ ਬੱਚੇ ਆਪਣਾ 42 ਦਾ ਆਨਸਰ ਕੀ ਹੋਊਗਾ? ਬਸ ਥੋੜੇ ਰਹਿ ਗਏ ਕੁਐਸਚਨਸ, ਹੁਣ ਤਾਂ ਆਪਾਂ ਲੈ ਲਿਆ ਟਾਈਮ, ਹਨਾ, ਹੁਣ ਤਾਂ ਥੋੜੇ ਹੀ ਰਹਿ ਗਏ ਕੁਐਸਚਨਸ। ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ, 42 ਦਾ ਆਨਸਰ ਕਰੋ ਬੱਚੇ, ਕੀ ਆਏਗਾ? ਵੈਸੇ ਮੈਨੂੰ ਥੋੜਾ ਡਾਊਟ ਆ ਇਸ ਦੇ ਵਿੱਚ, ਮੈਨੂੰ ਡਾਊਟ ਆ, ਆਈ ਥਿੰਕ ਛੱਜ ਵਿੱਚ ਪਾ ਕੇ ਛੱਟਣਾ ਇਹ ਆਏਗਾ ਆਨਸਰ, ਮੈਨੂੰ ਡਾਊਟ ਆ, ਮੈਂ ਸੀਰੀਅਸਲੀ ਦੱਸਾਂ, ਮੈਨੂੰ ਡਾਊਟ ਆ, ਮੈਂ ਨਹੀਂ ਕਰੂੰਗੀ ਇਸ ਕੁਐਸਚਨ ਦਾ ਆਨਸਰ। ਅਗਰ ਮੈਂ ਹੁੰਦੀ ਤਾਂ ਮੈਂ ਸਕਿੱਪ ਕਰਨਾ ਸੀ ਐਗਜ਼ਾਮ ਦੇ ਵਿੱਚ, ਬਟ ਸਕਿੱਪ ਕਰਨਾ, ਮੈਂ ਸਕਿੱਪ ਕਰ ਰਹੀ ਹਾਂ। ਜੱਖਣਾ ਪੱਟਣੀ ਤਾਂ ਦੇਖੋ ਇਹ ਮੈਂ ਸਕਿੱਪ ਕਰਤਾ ਬੱਚੇ। ਹੁਣ ਦੱਸੋ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਹੁਣ ਦੱਸੋ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ? ਇਹ ਤਾਂ ਸੋ ਈਜ਼ੀ ਹੈ ਨਾ, ਇਹ ਤਾਂ ਸੋ ਈਜ਼ੀ ਹੈਗਾ ਬੱਚੇ, ਆਨਸਰ ਕਰੋ ਵੀ ਛੱਜ ਤਾਂ ਬੋਲੇ ਹੁਣ ਛਾਨਣੀ ਵੀ ਬੋਲੇ, ਆਪਾਂ ਇੱਦਾਂ ਕਹਿੰਦੇ ਹੁੰਦੇ ਹਾਂ ਨਾ ਵੀ ਛੱਜ ਤਾਂ ਬੋਲੇ ਹੁਣ ਛਾਨਣੀ ਵੀ ਬੋਲੇ, ਆਨਸਰ ਕਰੋ ਰਾਜੇ ਨੈਕਸਟ ਕੁਐਸਚਨ। ਇੱਕ ਚੀਜ਼, ਜਿੰਨੇ ਜਾਣੇ ਦੇਖ ਰਹੇ ਹੋ ਸੈਸ਼ਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬੱਚੇ, ਤੇ 5 ਵਜੇ, 5 ਵਜੇ ਕੀ ਹੈਗਾ ਬੱਚੇ? ਮੇਰਾ ਡੇਲੀ ਸੈਸ਼ਨ ਹੁੰਦਾ ਹੈਗਾ ਆਪਣਾ, ਕਿਸ ਚੀਜ਼ ਦਾ? ਮਿਕਸ ਕੁਐਸਚਨਸ ਹੁੰਦੇ ਹੈਗੇ ਆਪਣੇ ਪੰਜਾਬ ਜੀਕੇ ਦੇ, ਠੀਕ ਹੈ ਰਾਜੇ। ਹੁਣ ਤਾਂ ਮੈਂ ਥੋੜ੍ਹਾ ਪੋਲੀਟੀ ਹਿਸਟਰੀ ਉਹ ਵੀ ਐਡ ਕਰਨ ਲੱਗ ਗਈ ਬੱਚੇ, ਜੋਗ੍ਰਫੀ ਵੀ ਮੈਂ ਐਡ ਕਰਨ ਲੱਗ ਗਈ। ਇੱਕ ਚੀਜ਼ ਹੋਰ ਰਾਜੇ, 249 ਦਾ ਮੇਰਾ ਬੈਚ ਹੈਗਾ, ਜਿਨ੍ਹਾਂ ਦੀ ਜੀਕੇ ਬਹੁਤ ਹੀ ਵੀਕ ਹੈਗੀ ਹੈ ਨਾ,
ਤੁਸੀਂ ਉੱਥੋਂ ਮੇਰੇ ਤੋਂ ਕਰ ਸਕਦੇ ਹੋ, ਮੇਰਾ ਬੈਚ ਪਰਚੇਸ ਕਰ ਸਕਦੇ ਹੋ। ਅਤੇ 2 ਵਜੇ ਹੁਣ ਆਪਣੀ ਡੇਲੀ ਕਲਾਸ ਹੋਇਆ ਕਰੇਗੀ ਆਪਣੀ MCQ ਸੀਰੀਜ਼, ਹੈ ਨਾ। ਆਲਮੋਸਟ ਥਿਊਰੀ ਮੈਂ ਬਹੁਤ ਕਰਵਾਤੀ ਆ, ਹੁਣ ਨਿਊ ਆਪਾਂ ਸੀਰੀਜ਼ ਸਟਾਰਟ ਕਰਦੇ ਹਾਂ 2 ਵਜੇ ਫਿਰ ਤੋਂ। ਚਲੋ ਆਨਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ। ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ, ਆਈ ਥਿੰਕ ਸੀ ਆਏਗਾ ਨਾ ਆਨਸਰ, ਨਹੀਂ ਨਹੀਂ ਏ ਨਹੀਂ ਆਏਗਾ ਬੱਚੇ। ਦੇਖੋ ਛੱਜ ਤਾਂ ਬੋਲੇ, ਹੁਣ ਛਾਨਣੀ ਕੀ ਬੋਲੇ, ਹੈ ਨਾ। ਇਹ ਹੁੰਦਾ ਹੈਗਾ ਵੀ ਜਦੋਂ ਵੱਡਾ ਬੋਲ ਸਕਦਾ ਛੋਟੇ ਨੂੰ ਬੋਲਣ ਦਾ, ਨਹੀਂ ਨਹੀਂ ਇਹ ਨਹੀਂ ਆਏਗਾ, ਇਹ ਤਾਂ ਨਹੀਂ ਆਏਗਾ ਬੱਚੇ। ਬੀ ਵੀ ਨਹੀਂ ਆਏਗਾ, ਆਈ ਥਿੰਕ ਸੀ ਆਏਗਾ ਨਾ, ਵੀ ਮਾੜੇ ਆਦਮੀ ਨੂੰ। ਓਬਵੀਅਸਲੀ ਗੱਲ ਕਹਿੰਦੇ ਵੀ ਛੱਜ ਤਾਂ ਬੋਲੇ, ਹੁਣ ਛਾਨਣੀ ਵੀ ਬੋਲੇ, ਵੀ ਮੀਨਸ ਅਗਰ ਕੋਈ ਛੋਟਾ ਹੈਗਾ ਉਹਨੂੰ ਆਪਦੇ ਤੋਂ ਜਿਹੜਾ ਉਹ ਤੋਂ ਥੋੜਾ ਤਕੜਾ, ਉਹਦੇ ਗੁਣ ਔਗਣ ਦੱਸਣ ਦਾ ਕੋਈ ਹੱਕ ਨਹੀਂ ਆ। ਤਾਂ ਬੱਚੇ ਸੀ ਆਏਗਾ, ਇਹਦਾ ਆਨਸਰ ਸੀ ਕਰਿਓ, ਠੀਕ ਆ। ਵੀ ਏ ਨਾ ਕਰਦੀ ਹੋ, ਸੀ ਆਏਗਾ ਬੱਚੇ। ਅਣ ਅਗੇਤਰ ਨਾਲ ਨਹੀਂ ਬਣਿਆ ਬੱਚੇ, ਹੁਣ ਦੱਸੋ ਅਨੰਤ, ਅਨੇਕ, ਅਨਾਦ ਜਾਂ ਫਿਰ ਅਨਾਥ, ਦੱਸੋ ਅਣ ਅਗੇਤਰ ਨਾਲ ਕਿਹੜਾ ਸ਼ਬਦ ਨਹੀਂ ਬਣਿਆ ਹੈ, ਆਨਸਰ ਕਰੋ ਬੱਚੇ ਆਪਣਾ ਕਿਹੜਾ ਆਏਗਾ। ਆਨਸਰ ਕਰੋ 44 ਦਾ ਆਨਸਰ ਕੀ ਕਰ ਰਿਹਾ ਬੱਚੇ, ਆਨਸਰ ਕਰੋ ਕੁਐਸਚਨ ਨੰਬਰ 44। ਅੱਜ ਕੱਲ ਲਾਡੀ ਕੰਪੋਜ਼ ਨਹੀਂ ਆ ਰਿਹਾ, ਵਾਏ ਲਾਡੀ ਕੰਪੋਜ਼ ਕਿਉਂ ਨਹੀਂ ਆ ਰਿਹਾ ਕਲਾਸਿਸ ਦੇ ਵਿੱਚ, ਮੈਂ ਹੁਣ ਕਲਾਸ ਦੇਖ ਹੀ ਨਹੀਂ ਰਹੀ ਹੈਗੀ ਬੱਚੇ। ਕੁਐਸਚਨ ਆਨਸਰ ਕਰੋ ਬੱਚੇ ਆਪਣੇ ਨੈਕਸਟ ਕੁਐਸਚਨ ਦਾ ਕੀ ਆਏਗਾ ਰਾਜੇ। ਨਾਤ, ਇਹ ਮੈਂ ਆਪਾਂ ਥੋੜਾ ਡਾਊਟ ਚ ਰੱਖਿਆ, ਨਾਤ ਦਾ ਮਤਲਬ ਹੁੰਦਾ ਕੁਛ, ਅਨੰਤ ਬੰਧਣਾ, ਅਨੰਤ, ਅਨਾਥ, ਅਨੇਕ, ਕੀ ਅਨਾਦ ਆਏਗਾ, ਕੀ ਆਏਗਾ ਦੱਸੋ। ਇੱਕ ਵਾਰ ਸਕਿਪ ਕਰਦੇ ਆ, ਇੱਕ ਵਾਰ ਸਕਿਪ ਕਰਦੇ ਆ, ਨੈਕਸਟ ਕਲਾਸਿਸ ਚ ਮੈਂ ਦੱਸੂੰਗੀ, ਮੈਨੂੰ ਥੋੜਾ ਡਾਊਟ ਹੈ ਇਹਦੇ ਵਿੱਚ। ਚਲੋ ਨੈਕਸਟ ਕਰੋ ਰਾਜੇ। ਧੋਬੀ ਕੱਪੜੇ ਧੋਂਦੇ ਹਨ, ਲਓ ਰਾਜੇ ਇਸਦਾ ਹੁਣ ਚੇਂਜ ਕਰੋ ਆਪਣਾ, ਠੀਕ ਆ। ਪੁਲਿੰਗ ਇਸਤਰੀ ਲਿੰਗ ਆ ਗਿਆ, ਨੈਕਸਟ ਕੁਐਸਚਨ ਆਨਸਰ ਕਰੋ ਬੱਚੇ ਕੀ ਆਏਗਾ ਆਪਣਾ, ਠੀਕ ਆ। ਧੋਬੀ ਕੱਪੜੇ ਧੋਂਦੇ ਹਨ। ਇੱਕ ਚੀਜ਼ ਹੋਰ ਦੱਸਦੇ ਹਾਂ ਬੱਚੇ, 5 ਵਜੇ ਜ਼ਰੂਰ ਆਉਣਾ ਹੈਗਾ ਰਾਜੇ, 5 ਵਜੇ ਕਿਸੇ ਬੱਚੇ ਨੇ ਕਲਾਸ ਮਿਸ ਨਹੀਂ ਕਰਨੀ, ਬਿਕੋਜ਼ ਉੱਥੇ ਹੁਣ ਤਾਂ ਮੈਂ ਟ੍ਰਿਕਸ ਵੀ ਕਰਵਾ ਰਹੀ ਹਾਂ, ਥਿਊਰੀ ਵੀ ਉੱਥੇ ਬੱਚੇ ਨਾਲ ਹੈਗੀ ਹਰ ਇੱਕ ਕੁਐਸਚਨ ਦੀ, ਜਿਹੜਾ ਜਿਹੜਾ ਇੰਪੋਰਟੈਂਟ ਪੁਆਇੰਟ ਹੈਗਾ। ਤਾਂ ਦੱਸੋ ਆਨਸਰ ਕਰੋ ਬੱਚੇ ਆਪਣਾ ਕੀ ਆਏਗਾ। 45 ਦਾ, ਧੋਬਣ ਕੱਪੜੇ, ਨਹੀਂ ਧੋਬਣਾ ਕੱਪੜੇ ਧੋਂਦੀਆਂ ਹਨ, ਆਪਸ਼ਨ ਨੰਬਰ ਸੀ ਆਏਗਾ ਰਾਜੇ, ਆਪਸ਼ਨ ਨੰਬਰ ਸੀ ਆਏਗਾ 45 ਦਾ, ਧੋਬਣਾ ਕੱਪੜੇ ਧੋਂਦੀਆਂ ਹਨ। ਹੁਣ ਦੱਸੋ ਛੁੱਟ ਮਰੋੜੀ ਦਾ ਸਾਈਨ ਦੱਸੋ ਬੱਚੇ ਕਿਹੜਾ ਹੈ, ਤਾਂ ਮੈਂ ਹਜ਼ਾਰੋਂ ਵਾਰ ਕਰਵਾ ਦਿੱਤਾ ਹੈ, ਛੁੱਟ ਮਰੋੜੀ ਦਾ ਦੱਸੋ ਰਾਜੇ ਕਿਹੜਾ ਆਏਗਾ। ਆਹ ਤਾਂ ਹੋ ਗਿਆ ਆਪਣੇ ਪੁੱਠੇ ਕੌਮੇ, ਠੀਕ ਆ, ਆਹ ਹੋ ਗਿਆ ਰਾਜੇ ਆਪਣਾ ਕੰਮ ਆ, ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਬਿੰਦੀ ਕਾਮਾ ਵੀ ਬੋਲਦੇ ਆ, ਦੱਸਿਆ ਹੋਇਆ ਨਾ ਬਿੰਦੀ ਕਾਮਾ ਹੋ ਗਿਆ। ਛੋਟ ਮਰੋੜੀ ਦਾ ਸਾਈਨ ਕੀ ਆਏਗਾ ਬੱਚੇ, ਏ ਆਏਗਾ, ਠੀਕ ਆ। ਤਾਂ ਆਪਸ਼ਨ ਨੰਬਰ ਏ ਆਨਸਰ ਆਏਗਾ, ਯਾਦ ਰੱਖਿਓ। ਨੈਕਸਟ ਦੱਸੋ ਰਾਜੇ ਆਪਣਾ, 47 ਦਾ ਆਨਸਰ ਕਰੋ, 46 ਦਾ ਏ ਆਏਗਾ, 47 ਦਾ ਆਨਸਰ ਕਰੋ। ਬਸ ਹੁਣ ਤਾਂ ਲੈ ਲਿਆ ਕੰਮ ਆਪਾਂ, ਥੋੜਾ ਹੀ ਰਹਿ ਗਿਆ ਬੱਚੇ, ਆਨਸਰ ਕਰੋ ਕਿਉਂਕਿ ਫਾਸਟ। ਨੈਕਸਟ ਕੁਐਸਚਨ ਆਨਸਰ ਕਰੋ,
ਨੈਕਸਟ ਕੀ ਆਏਗਾ 47 ਦੇਖੋ ਇੱਥੇ ਇੱਥੇ ਆਪਣੀ ਆਪਣੀ ਗਲਤ ਪਾਇਆ ਹੋਣਾ ਨਾ ਵੇਣੇ ਵੀ ਗਲਤ ਹੈਗਾ ਬੱਚੇ ਆਪਣੀ ਏਦਾਂ ਨਹੀਂ ਪੈਂਦਾ ਇੱਥੇ ਵੀ ਆਪਣੀ ਗਲਤ ਪਾਇਆ ਇੱਥੇ ਵੀ ਗਲਤ ਪਾਇਆ ਹੋਇਆ ਬੱਚੇ ਤਾਂ ਡੀ ਦੇ ਵਿੱਚ ਸਹੀ ਪਾਇਆ ਹੋਇਆ ਤਾਂ ਆਪਸ਼ਨ ਨੰਬਰ ਡੀ ਆਨਸਰ ਆਏਗਾ ਬੱਚੇ ਜਰਨੈਲ ਕਿਸ ਅੰਗਰੇਜ਼ੀ ਸ਼ਬਦ ਦਾ ਸ਼ੁੱਧ ਰੂਪ ਹੈ ਦੱਸੋ ਰਾਜੇ ਆਪਾਂ ਜਰਨੈਲ ਕਿਹਨੂੰ ਬੋਲਦੇ ਹਾਂ ਸੌਖਾ ਹੀ ਹੈ ਸੋ ਈਜ਼ੀ ਐਂਗਲੋ ਸਿੱਖ ਵਾਰ ਚ ਬੱਚੇ ਮੈਂ ਕਰਵਾਇਆ ਹੋਇਆ ਹੈਗਾ ਅੱਛਾ ਲੱਗੇ ਰਹੋ ਜੀ ਲੱਗਿਆ ਪਿਆ ਅੱਛਾ ਕਿਆ ਬਾਤ ਹੈ ਮਤਲਬ ਮੇਰੀ ਕਲਾਸ ਚ ਆਉਂਦੇ ਤੁਸੀਂ ਜੀ ਜੀ ਲਗਾਉਣ ਵਾਸਤੇ ਆਉਂਦੇ ਮੈਨੂੰ ਦੱਸਿਓ ਵੀ ਬਸ ਜੀ ਲਗਾਉਣ ਲਈ ਆ ਜਾਈਏ ਆਪਾਂ ਆਂਸਰ ਕਰੋ ਆਪਣੇ ਨੈਕਸਟ ਕੁਐਸਚਨ ਦਾ ਜਰਨੈਲ ਕਿਸ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਰੂਪ ਹੈ ਬੱਚੇ ਸੋ ਈਜ਼ੀ ਸੌਖੇ ਡੀ ਕਿਉਂ ਆਏਗਾ ਜਨਰਲ ਕੌਣ ਕਰ ਰਿਹਾ ਗਲਤ ਆ ਇਹ ਆਏਗਾ ਜਨਰਲ ਆ ਜਨਰਲ ਕਿਹੜਾ ਹੁੰਦਾ ਜਿਹੜਾ ਆਪਾਂ ਜਨਰਲ ਪਬਲਿਸ਼ ਕਰਦੇ ਹੈਗੇ ਆ ਆਈ ਡੋਂਟ ਨੋ ਤੁਸੀਂ ਲਾਈਕ ਹੁਣ ਜਿੱਦਾਂ ਮੈਂ ਬੀਟੈਕ ਕੀਤੀ ਹੋਈ ਆ ਅਸੀਂ ਥੀਸਿਸ ਸਬਮਿਟ ਕਰਵਾਉਣੇ ਹੁੰਦੇ ਹੈਗੇ ਆਪਾਂ ਠੀਕ ਆ ਤਾਂ ਇਹ ਨਹੀਂ ਆਏਗਾ ਜਨਰਲ ਇਹ ਤਾਂ ਦੂਸਰਾ ਜਨਰਲ ਹੋ ਗਿਆ ਆ ਹੋ ਗਿਆ ਬੱਚੇ ਜਨਰਲ ਜਰਨੈਲ ਪੁੱਛਿਆ ਉਹਨਾਂ ਨੇ ਚਲੋ ਨੈਕਸਟ ਕੁਐਸਚਨ ਦੇਖੋ ਬਿਆਸ ਤੇ ਸਤਲੁਜ ਸੌਖਾ ਹੀ ਆ ਇਹ ਤਾਂ ਹੁਣ ਗਲਤ ਹੋ ਹੀ ਨਹੀਂ ਸਕਦਾ ਇਹ ਤਾਂ ਮੈਂ ਤੁਹਾਨੂੰ ਪ੍ਰੋਪਰ ਰੱਟਿਆ ਆਪਾਂ ਰੱਟਿਆ ਹੋਇਆ ਹੈਗਾ ਨਾ ਬਿਆਸ ਤੇ ਸਤਲੁਜ ਦੇ ਵਿੱਚ ਵਾਲਾ ਏਰੀਆ ਰਾਜੇ ਕਿਹੜਾ ਆ ਗਿਆ ਮਾਝਾ ਮਲਵਈ ਆ ਗਿਆ ਆਪਣਾ ਲਾਹੌਰੀ ਆ ਗਿਆ ਜਾਂ ਫਿਰ ਦੁਆਬੀ ਇਹ ਤਾਂ ਸੋ ਈਜ਼ੀ ਬੱਚੇ 49 ਯੁਵਰਾਜ ਗਿੱਲ ਸਕਰੀਨਸ਼ਾਟ ਕਿਸ ਚੀਜ਼ ਦਾ ਲੈਣਾ ਬੱਚੇ ਤੁਸੀਂ ਅੱਜ ਮੈਂ ਥਿਊਰੀ ਹੈ ਤਾਂ ਹੈ ਨਹੀਂ ਸਿਰਫ ਕੁਐਸਚਨਸ ਨੇ ਥਿਊਰੀ ਹੀ ਥਿਊਰੀ ਦੱਸੋ ਮੈਨੂੰ ਕਿੱਥੇ ਆ ਜੋ ਤੁਸੀਂ ਸਕਰੀਨਸ਼ਾਟ ਲੈਣਾ ਚਲੋ ਆਨਸਰ ਕਰੋ ਕਾਕੀ ਆਪਣੇ ਨੈਕਸਟ ਕੁਐਸਚਨ ਦਾ 49 ਮਲਵਈ ਕਿਹਨੇ ਕਰਤਾ ਹਾਏ ਓਏ ਰੱਬਾ ਮੇਰਿਆ ਸ਼ਿਵਾ ਵੰਗੀ ਮਲਵਈ ਕਿਹੜੇ ਪਾਸਿਓਂ ਆ ਗਿਆ ਬੱਚੇ ਮੈਂ ਤੁਹਾਨੂੰ ਟ੍ਰਿਕ ਦੱਸੀ ਹੋਈ ਆ ਵੀ ਨਾਰਥ ਟੂ ਸਾਊਥ ਸੀਕੁਐਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਰਿਵਰਸ ਦਾ ਮੈਂ ਕਰਵਾਇਆ ਨਾ ਇੰਡਸ ਹੋ ਗਿਆ ਜੇਹਲਮ ਚਨਾਬ ਰਾਵੀ ਬਿਆਸ ਤੇ ਸਤਲੁਜ ਆ ਨੀਚੇ ਆਪਣਾ ਸਾਰਾ ਕਿਹੜਾ ਆ ਗਿਆ ਬੱਚੇ ਆਪਣਾ ਮਾਲਵਾ ਬਿਆਸ ਤੇ ਸਤਲੁਜ ਦੇ ਵਿੱਚ ਵਾਲਾ ਬੱਚੇ ਏਰੀਆ ਕਿਹੜਾ ਆ ਗਿਆ ਆਪਣਾ ਦੁਆਬਾ ਠੀਕ ਆ ਇੱਥੇ ਆਪਾਂ ਕਿਹੜਾ ਬੋਲਦੇ ਆ ਬਿਸਤ ਦੁਆਬ ਹੋ ਗਿਆ ਬੱਚੇ ਆ ਆਪਣਾ ਕਿਹੜਾ ਹੋ ਗਿਆ ਬਾਰੀ ਹੋ ਗਿਆ ਆਪਣਾ ਮਾਝਾ ਆ ਗਿਆ ਰਾਜੇ ਬਿਆਸ ਤੇ ਰਾਵੀ ਦੇ ਵਿੱਚ ਕਿਆ ਕਰ ਰਹੇ ਹੋ ਆਪ ਲੋਕ ਕਿਆ ਕਰ ਰਹੇ ਹੋ ਰਾਜੇ ਆਪ ਲੋਕ ਆ ਆਪਣਾ ਕਿਹੜਾ ਆ ਗਿਆ ਰਚਨਾ ਦੁਆਬ ਆ ਗਿਆ ਬੱਚੇ ਠੀਕ ਆ ਆਪਣਾ ਜੇ ਚ ਆ ਗਿਆ ਠੀਕ ਆ ਛੱਜ ਦੁਆਬ ਵੀ ਬੋਲ ਦਿੰਦੇ ਆ ਜੇ ਚ ਵੀ ਬੋਲ ਦਿੰਦੇ ਆ ਬੱਚੇ ਇਹਨਾਂ ਦੋਵਾਂ ਦੇ ਵਿੱਚ ਆਪਣਾ ਸਿੰਧ ਸਾਗਰ ਦੁਆਬ ਆ ਗਿਆ ਇਹ ਨਾਰਥ ਟੂ ਸਾਊਥ ਸਿੰਕਸ ਤੁਹਾਨੂੰ ਰਿਵਰ ਦਾ ਪਤਾ ਹੋਣਾ ਚਾਹੀਦਾ ਬੱਚੇ ਇੰਡਸ ਜੇਹਲਮ ਚਨਾਬ ਰਾਵੀ ਬਿਆਸ ਸਤਲੁਜ ਤੇ ਬਿਆਸ ਤੇ ਸਤਲੁਜ ਵਾਲਾ ਕਿਹੜਾ ਆ ਗਿਆ ਮੈਨੂੰ ਦੱਸਿਓ ਦੁਆਬਾ ਆਇਆ ਆਪਸ਼ਨ ਨੰਬਰ ਮਲਵਈ ਕਿਹਨੇ ਕਰਤਾ ਸਤਲੁਜ ਤੋਂ ਸਾਰਾ ਨੀਚੇ ਵਾਲਾ ਆਪਣਾ ਮਾਲਵਾ ਆ ਗਿਆ ਰਾਜੇ ਚਲੋ ਆਪਸ਼ਨ ਨੰਬਰ ਸੀ ਆਨਸਰ ਆਏਗਾ ਆਪਣਾ ਦੁਆਬਾ ਲਓ ਰਾਜੇ ਕਿਲਾ ਲੋਹਗੜ੍ਹ ਕਿਸ ਨੇ ਅਤੇ ਕਦੋਂ ਤਿਆਰ ਕਰਵਾਇਆ ਸੀ ਹੁਣ ਇਹ ਕੁਐਸਚਨ ਦੱਸੋ ਰਾਜੇ ਕੀ ਆਏਗਾ ਡਾਊਟ ਆ ਵੈਸੇ ਮੈਨੂੰ ਇਸ ਕੁਐਸਚਨ ਦੇ ਵਿੱਚ ਚਲੋ ਆਨਸਰ ਕਰੋ ਵੈਸੇ ਕੀ ਆਨਸਰ ਕਰ ਰਹੇ ਹੋ ਲਾਸਟ ਕੁਐਸਚਨ ਆ ਤੇ ਮੈਨੂੰ ਹਰ ਇੱਕ ਬੱਚੇ ਦਾ ਰਾਜੇ ਕਮੈਂਟ ਆਉਣਾ ਚਾਹੀਦਾ ਵੀ ਕਿੰਨੇ ਕੁਐਸਚਨ ਤੁਹਾਡੇ ਕਿੰਨੇ ਕਿੰਨੇ ਮਤਲਬ ਤੁਹਾਡੇ ਸਹੀ ਹੋਏ ਨੇ ਠੀਕ ਆ ਕਿੰਨੇ ਮਾਰਕਸ ਬਣ ਰਹੇ ਆ ਰਾਜੇ ਤੁਹਾਨੂੰ ਪਤਾ ਹੋਣਾ ਚਾਹੀਦਾ
ਵੈਸੇ ਮੈਨੂੰ ਡਾਊਟ ਆ, ਕੋਜ ਮੈਂ ਤੁਹਾਨੂੰ ਕਰਵਾਇਆ ਹੋਇਆ ਸੀ ਆਪਣੇ ਗੁਰੂ ਹਰਗੋਬਿੰਦ ਜੀ ਨੇ ਨਾ ਅੰਮ੍ਰਿਤਸਰ ਨੂੰ ਜਦੋਂ 45 ਕਰਤਾ ਸੀਗਾ ਤਾਂ ਉਹਨੂੰ ਆਪਾਂ ਲੋਹਗੜ੍ਹ ਬੋਲਦੇ ਸੀਗੇ, ਆਪਣੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਵੀ ਜਦੋਂ ਮੈਂ 4 ਕਿਲੇ ਕਰਵਾਏ ਹੋਏ ਹੈਗੇ ਨੇ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਵੀ ਆ। ਤਾਂ ਸੋ ਇਸ ਕੁਸ਼ਚਨ 'ਚ ਡਾਊਟ ਹੀ ਹੈ ਵਿੱਚ, ਇਸ ਕੁਸ਼ਚਨ ਦੇ ਵਿੱਚ ਡਾਊਟ ਹੀ ਹੈ ਐਗਜੈਕਟ। ਮੇਰੇ ਅਕੋਰਡਿੰਗ ਤਾਂ ਗੁਰੂ ਹਰਗੋਬਿੰਦ ਜੀ ਆਏਗਾ, ਠੀਕ ਆ, ਬਟ ਦੇਖੋ ਸਟਿਲ ਮੈਂ ਡਾਊਟ ਰੱਖ ਰਹੀ ਹਾਂ, ਅਗਰ ਤੁਹਾਨੂੰ ਕਿਸੇ ਨੂੰ ਪਤਾ ਤਾਂ ਮੈਨੂੰ ਬੱਚੇ ਤੁਸੀਂ ਜ਼ਰੂਰ ਦੱਸਿਓ, ਠੀਕ ਆ। ਤਾਂ ਸਾਰਿਆਂ ਨੇ ਮੈਨੂੰ ਪਹਿਲਾਂ ਉਹਦੇ ਮਾਰਕਸ ਸ਼ੇਅਰ ਕਰੋ ਬੱਚੇ, ਠੀਕ ਆ, ਵੀ ਤੁਹਾਡੇ ਕਿੰਨੇ ਕਿੰਨੇ ਮਾਰਕਸ ਬਣੇ ਹੈਗੇ ਆਊਟ ਆਫ 50 ਕਿੰਨੇ ਬਣੇ ਹੈਗੇ ਨੇ। ਤਾਂ ਐਟਲੀਸਟ ਤੁਹਾਨੂੰ ਥੋੜ੍ਹਾ ਜਿਹਾ ਤਾਂ ਆਪਦੇ ਆਪ 'ਤੇ ਉਹ ਹੋ ਗਿਆ ਹੋਏਗਾ ਨਾ ਕੌਨਫੀਡੈਂਸ ਵੀ ਸਾਡੇ, ਠੀਕ ਆ, ਵੀ ਅਸੀਂ ਕਰੈਕ ਕਰ ਲਾਂਗੇ ਵਧੀਆ, ਠੀਕ ਆ ਰਾਜੇ। ਤਾਂ ਹੁਣ ਦੱਸੋ ਕਿਸੇ ਬੱਚੇ ਨੂੰ ਕੋਈ ਡਾਊਟ ਆ ਪੁੱਛ ਸਕਦੇ ਹੋ, ਅਤੇ ਆਪਣੇ ਆਪਣੇ ਮਾਰਕਸ ਸ਼ੇਅਰ ਕਰ ਦਿਓ ਬੱਚੇ ਕਿੰਨੇ ਬਣੇ ਨੇ, ਐਗਜੈਕਟ ਸਹੀ ਮਾਰਕਸ ਕਰਿਓ, ਠੀਕ ਆ। ਕੋਈ ਐਵੇਂ ਕਰਨ ਨਾਲ ਕੋਈ ਕੋਈ ਫਾਇਦਾ ਤਾਂ ਹੈ ਨਹੀਂ ਹੈ ਨਾ ਇਸ ਚੀਜ਼ ਦਾ। ਅਤੇ 5 ਵਜੇ ਹਰ ਇੱਕ ਬੱਚੇ ਨੇ ਆਉਣਾ ਹੈਗਾ ਰਾਜੇ, ਮੈਂ ਫਿਰ ਕਹਿ ਰਹੀ ਹਾਂ ਇੰਪੋਰਟੈਂਟ, ਉੱਥੇ ਵੀ ਮੈਂ ਕੁਸ਼ਚਨਸ ਤੁਹਾਨੂੰ ਕਰਵਾ ਰਹੀ ਹਾਂ ਬੱਚੇ, ਠੀਕ ਆ, ਇੰਪੋਰਟੈਂਟ ਕੁਸ਼ਚਨਸ ਰਾਜੇ ਆਪਾਂ ਕਰਵਾ ਰਹੀ ਹਾਂ। ਤਾਂ ਓਕੇ, ਮਤਲਬ ਸਾਰੇ ਪਾਸ ਹੋਏ ਹੋ ਹੈ ਨਾ, ਮਤਲਬ ਸਾਰੇ ਦੇ ਸਾਰੇ ਤੁਸੀਂ ਪਾਸ ਹੋਏ ਹੋ ਹੈ ਨਾ ਰਾਜੇ, ਕਲੀਅਰ। ਮੈਨੂੰ ਡਾਊਟ ਆ ਬੱਚੇ ਇਸ ਕੁਸ਼ਚਨ ਦੇ ਵਿੱਚ, ਮੈਂ ਫਰੈਂਕਲੀ ਦੱਸਾਂ ਨਾ ਮੈਨੂੰ ਡਾਊਟ ਆ ਇਸ ਕੁਸ਼ਚਨ ਦੇ ਵਿੱਚ, ਤਾਂ ਹੀ ਮੈਂ ਲੱਗਦੀ ਮੈਂ ਲਾਸਟ ਟਾਈਮ ਵੀ ਛੁਡਵਾਇਆ ਸੀ ਇਹ ਕੁਸ਼ਚਨ, ਮੈਨੂੰ ਹਾਲੇ ਵੀ ਪ੍ਰੋਪਰ ਨਾ ਐਗਜੈਕਟ ਮੈਨੂੰ ਆਨਸਰ ਮਿਲ ਨਹੀਂ ਰਿਹਾ ਹੈਗਾ ਇਹਦਾ। ਤਾਂ ਆਈ ਥਿੰਕ ਸਾਰੇ ਪਾਸ ਹੋਏ ਹੋਣਗੇ ਨਾ, ਤਾਂ ਚਲੋ ਵੈਰੀ ਗੁੱਡ। ਅਤੇ ਆਪਾਂ 5 ਵਜੇ ਮਿਲਦੇ ਹਾਂ, 5 ਵਜੇ ਹਰ ਇੱਕ ਬੱਚੇ ਨੇ ਆਉਣਾ ਹੈਗਾ ਰਾਜੇ, ਠੀਕ ਆ। ਅਤੇ ਡੇਲੀ ਆਪਣੀ ਹੁਣ MCQ ਸੀਰੀਜ਼ ਸਟਾਰਟ ਹੋਇਆ ਕਰੇਗੀ, ਤਾਂ ਮੈਂ ਦੱਸੋ 50-50 ਰੱਖੀਏ ਕਿ ਆਪਾਂ 30 ਜਾਂ 35 ਰੱਖੀਏ ਕੁਸ਼ਚਨਸ, ਬਾਕੀ ਮੈਂ ਦੇਖਦੀ ਹਾਂ ਮੇਰੇ ਤੋਂ ਕਿੰਨੇ ਦੀ PPT ਰੈਡੀ ਹੁੰਦੀ ਹੈ ਨਾ, ਕੋਜ ਮੈਂ ਥਿਊਰੀ ਵੀ ਕਰਵਾਉਣੀ ਹੈਗੀ ਹੈ ਨਾਲ, ਹੈ ਨਾ, ਕੋਜ ਮੈਂ ਥਿਊਰੀ ਵੀ ਕਰਵਾਉਣੀ ਹੈਗੀ ਆ, ਤਾਂ ਮੇ ਬੀ ਹੋ ਸਕਦਾ ਮੈਂ 20 ਕੁਸ਼ਚਨ ਹੀ ਰੱਖਾਂ ਰਾਜੇ, ਠੀਕ ਆ। ਤਾਂ ਚਲੋ ਫਿਰ, ਠੀਕ ਆ, ਚਲੋ ਫਿਰ, ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮੱਚ, ਠੀਕ ਆ। ਤਾਂ ਚਲੋ ਫਿਰ, ਠੀਕ ਆ, ਮਿਲਦੇ ਹਾਂ ਫਿਰ ਬੱਚੇ, ਆਪਾਂ ਕਦੋਂ ਮਿਲਦੇ ਹਾਂ, 5 ਵਜੇ ਮਿਲਦੇ ਹਾਂ ਆਪਾਂ, ਠੀਕ ਆ ਜੀ, ਸਤਿ ਸ਼੍ਰੀ ਅਕਾਲ। ਅਤੇ ਬਾਕੀ ਫਿਰ ਦੇਖਦੇ ਹਾਂ ਹੁਣ ਕੁਸ਼ਚਨਸ, ਹੁਣ ਆਪਾਂ ਦੇਖਦੇ ਹਾਂ ਕੁਸ਼ਚਨਸ ਮੈਂ ਕਿੰਨੇ ਰੱਖ ਰਹੀ ਹਾਂ, ਠੀਕ ਆ। 5 ਵਜੇ ਨਾ ਬੱਚੇ ਹਰ ਇੱਕ ਨੇ ਕਲਾਸ ਜੁਆਇਨ ਕਰਨੀ ਹੀ ਕਰਨੀ ਹੈ, ਠੀਕ ਆ, ਜਿਹਦੀ ਹਿਸਟਰੀ ਜੋਗ੍ਰਾਫੀ ਹੋ ਗਈ ਹੈ ਨਾ ਆਪਣੀ, ਪੋਲੀਟੀ ਹੋ ਗਈ ਬੱਚੇ, ਪੰਜਾਬ GK ਹੋ ਗਈ, ਠੀਕ ਆ, ਇਸ ਆਪਣੇ ਸੈਕਸ਼ਨ ਤੁਹਾਡੇ ਵੀਕ ਹੈਗੇ ਨੇ, ਤਾਂ ਜ਼ਰੂਰ ਜੁਆਇਨ ਕਰੋ ਕੋਜ ਬੱਚੇ, ਉੱਥੇ ਵੀ ਮੈਂ ਥਿਊਰੀ ਪਲੱਸ MCQ ਕਰ ਰਹੀ ਹਾਂ, ਠੀਕ ਆ ਰਾਜੇ। ਦੇਖਦੀ ਹਾਂ ਕੋਜ ਮੈਂ 2 ਵਜੇ, ਇਹ ਤਾਂ ਚਲੋ ਮੈਂ PDF ਮੇਰੇ ਕੋਲ ਪਈ ਸੀ, ਮੈਂ ਕਿਹਾ ਚੱਲ ਅੱਜ ਕੁਸ਼ਚਨਸ ਆਪਾਂ ਦੇਖੀਏ ਦੁਬਾਰਾ ਨਾ ਵੀ ਕਿੰਨੇ ਆ ਕਿੰਨੇ ਨਹੀਂ ਤੁਹਾਨੂੰ ਉਹ, ਤੇ ਬਟ ਕੋਜ ਮੈਂ ਥਿਊਰੀ ਵੀ ਕਰਵਾਉਣੀ ਆ ਬੱਚੇ, ਹੈ ਨਾ। ਜੇ ਹੁਣ ਮੰਨ ਲਓ ਮੈਂ ਕੋਈ ਕਿਰਿਆ ਵਿਸ਼ੇਸ਼ਣ ਦਾ ਮੈਂ ਕੁਸ਼ਚਨ ਲੈ ਲਿਆ, ਠੀਕ ਆ, ਲਾਈਕ ਮੈਂ ਭਾਵਵਾਚਕ ਨਾਮ ਦਾ ਕੋਈ ਕੁਸ਼ਚਨ ਲੈ ਲਿਆ, ਤਾਂ ਮੈਂ ਤੁਹਾਨੂੰ ਫਿਰ ਅੱਗੇ ਭਾਵਵਾਚਕ ਨਾਮ ਬਾਰੇ ਵੀ ਬੱਚੇ ਜ਼ਰੂਰ ਕਰਵਾਉਂਗੀ, ਠੀਕ ਆ, ਉਹਦੀ ਆਪਾਂ ਥਿਊਰੀ ਵੀ ਕਰਾਂਗੇ, ਤਾਂ ਸੋ ਦੇਖਦੇ ਹਾਂ ਰਾਜੇ। ਚਲੋ ਠੀਕ ਆ, ਅਤੇ ਸਾਰਿਆਂ ਨੂੰ ਵਧਾਈਆਂ ਫਿਰ ਜਿਹੜੇ ਟੈਸਟ ਦੇ ਵਿੱਚੋਂ ਪਾਸ ਹੋ ਗਏ ਨੇ, ਵੈਰੀ ਗੁੱਡ। ਯੁਵਰਾਜ ਗਿੱਲ ਆਪਣੀ ਵੀਕ ਆ ਨਾ ਯੂਵੀ, ਤਾਂ ਯੂਵੀ ਸਕਰੀਨਸ਼ੋਟ ਲੈਣ 'ਚ ਨਾ ਲਿਆ ਕਰ, ਠੀਕ ਆ, ਥੋੜ੍ਹਾ ਪੜ੍ਹਿਆ ਵੀ ਕਰ ਸਕਰੀਨਸ਼ੋਟਸ ਨੂੰ, ਠੀਕ ਆ ਰਾਜੇ। ਚਲੋ ਫਿਰ ਠੀਕ ਆ, ਸਤਿ ਸ਼੍ਰੀ ਅਕਾਲ, ਲਵ ਯੂ, ਟੇਕ ਕੇਅਰ, ਬਾਏ ਬਾਏ ਬੱਚੇ, ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਫਿਰ ਆਪਾਂ ਹੁਣ 5 ਵਜੇ।